ਸਸ਼ਿਕਾ ਨਮਸਕਾਰ ਅਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫੇਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਤੁਹਾਡੇ ਰੂਬਰੂ ਦਰਸ਼ਕੋ ਪਿਛਲੇ 24 ਘੰਟਿਆਂ ਚੋਂ ਜਦੋਂ ਮੈਂ ਪ੍ਰੋਗਰਾਮ ਕਰਕੇ ਗਿਆ ਬਹੁਤ ਕੁਝ ਨਵਾਂ ਵਾਪਰ ਗਿਆ ਦਰਸ਼ਕੋ ਅ ਅੱਜਕੱਲ ਜੋ ਮੈਨੂੰ ਬੜੇ ਕਮੈਂਟਸ ਆਏ ਕਿ ਤੁਸੀਂ ਜੋ ਹੈ ਐਗਰੈਸਿਵ ਹੋ ਕੇ ਗੱਲ ਨਹੀਂ ਕਰਦੇ ਉਂਗਲਾਂ ਕਰਕੇ ਗੱਲ ਨਹੀਂ ਕਰਦੇ ਮੈਸੇਜ ਦਾ ਸਿੱਟਾ ਕੱਢੇ ਕੱਢਣ ਪਉਣ ਨੂੰ ਕੋਈ ਖਾਸ ਲੱਭਦਾ ਨਹੀਂ ਆ ਜਿੱਟੀਆਂ ਤੁਸੀਂ ਸ਼ਾਂਤ ਰਹਿ ਕੇ ਕਿਸੇ ਮਉੱਜ਼ਜ਼ ਮਹਿਮਾਨ ਨੂੰ ਉਹਦੇ ਅੰਦਰ ਦੀ ਫੀਲਿੰਗਸ ਬਾਹਰ ਕੱਢ ਸਕਦੇ ਆ ਉਹ ਤੋਂ ਆਨਸਰ ਲੈ ਸਕਦੇ ਆ ਮੇਰਾ ਖਿਆਲ ਨਹੀਂ ਕਿ ਐਗਰੈਸਿਵ ਹੋ ਕੇ ਤੁਸੀਂ ਕੱਢ ਸਕਦੇ ਆ ਏਗੇ ਤੁਸੀਂ ਤੁਹਾਡੇ ਜਿਹੜੇ ਸੁਝਾਵਾਏ ਉਹਨਾਂ ਦਾ ਬਹੁਤ ਬਹੁਤ ਵੈਲਕਮ ਆਪਾਂ ਗੱਲ ਕਰਦੇ ਹਾਂ ਦਸ਼ਕਾਂ ਕਿ ਅੱਜ ਕੱਲ ਮੀਟਿੰਗਾਂ ਦਾ ਜ਼ੋਰ ਬੜਾ ਚੱਲ ਰਿਹਾ ਹੈ ਹਰ ਪਾਸੇ ਹਰ ਪਾਸੇ ਇੱਕ ਗੁੱਡ ਨਿਊਜ਼ ਨਿਕਲ ਕੇ ਆਈ ਹੈ ਕਿ ਪਾਕਿਸਤਾਨ ਦੇ ਵਿੱਚ ਕੁਝ ਅਮੈਂਡਮੈਂਟਸ ਹੋਈਆਂ ਨੇ ਜਿਹਦਾ ਕਰਕੇ ਕਲਬੂਸ਼ਨ ਜਾਦਵ ਜਿਹੜਾ ਉੱਧਰ ਫਸਿਆ ਹੋਇਆ ਆ ਪਾਕਿਸਤਾਨ ਦਾ ਲਾਅ ਆ ਕਿ ਜੇ ਕੋਈ ਵੀ ਬੰਦਾ ਉੱਥੇ ਬਾਹਰਲੀ ਕੰਟਰੀ ਦਾ ਫੜਾਇਆ ਜਾਂਦਾ ਤਾਂ ਸਿਰਫ ਤੇ ਸਿਰਫ ਅਪੀਲ ਮਿਲਟਰੀ ਕੋਰਟ ਚ ਕਰ ਸਕਦਾ ਲੇਕਿਨ ਉਹਨਾਂ ਨੇ ਚੇਂਜ ਕਰ ਦਿੱਤਾ ਤੇ ਹੁਣ ਕੋਈ ਵੀ ਬੰਦਾ ਜੇ ਫੜਾਇਆ ਜਾਂਦਾ ਤਾਂ ਰੈਗੂਲਰ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਤੱਕ ਵੀ ਜਾ ਸਕਦਾ ਜਿਹੜਾ ਕਿ ਅੱਜ ਇੰਪਲੀਮੈਂਟ ਹੋ ਗਿਆ ਆ ਗੁੱਡ ਨਿਊਜ਼ ਹੈ ਅਸੀਂ ਦੁਆ ਕਰਦੇ ਹਾਂ ਕਿ ਕਲਬੂਸ਼ਨ ਜਾਦਵ ਜਿਹੜਾ ਠੀਕ ਠਾਕ ਰਿਹਾ ਹੋ ਕੇ ਆਪ ਦੇ ਘਰੇ ਆਵੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਦਵ ਠਾਕਰੇ ਜਿਹੜੇ ਕੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਮੀਟਿੰਗ ਚੱਲ ਰਹੀ ਸੀ ਪਿਛਲੇ 12 ਘੰਟਿਆਂ ਤੋਂ ਪਹਿਲਾਂ ਉਸ ਤੋਂ ਬਾਅਦ ਯੋਗੀ ਅਦਿੱਤਿਆਨਾਥ ਦੀ ਮੀਟਿੰਗ ਹੋਣਾ ਅਮਿਤ ਸ਼ਾਹ ਜੀ ਨਾਲ ਜੇਪੀ ਨੱਡਾ ਜੀ ਨਾਲ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਾਲ ਦਸ਼ਕੋ ਇਹ ਸਾਰੀਆਂ ਚੱਲ ਰਹੀਆਂ ਮੀਟਿੰਗ ਸਿੱਕ ਇੱਕ ਮੀਟਿੰਗ ਸ ਬਹੁਤ ਜ਼ਿਆਦਾ ਧਿਆਨ ਮੰਗਦੀ ਹੈ ਉਹ ਹੈਗੀ ਪੰਜਾਬ ਦੀ ਸਿਆਸਤ ਕੁਝ ਐਮਐਲਏ ਜਿਹੜੇ ਕੀ ਦਿੱਲੀ ਜਾ ਕੇ ਮਿਲਦੇ ਆਂ ਆਦੇ ਗਿਲੇ ਸ਼ਿਕਵੇ ਦੱਸਦੇ ਹਾਈ ਕਮਾਂਡ ਨੂੰ ਜਿਹੜੀ ਤਿੰਨ ਮੈਂਬਰੀ ਮਲਿਕ ਅਰਜਨ ਖੜਗੇ ਦੀ ਨੇਤਰਤਵ ਚ ਬਣੀ ਸੀ ਉਹਨੂੰ ਦੱਸਦੇ ਆ ਉਸ ਤੋਂ ਬਾਅਦ ਸੀਐਮ ਸਾਹਿਬ ਕੈਪਟਨ ਉਮਰਿੰਦਰ ਸਿੰਘ ਜਾਂਦੇ ਆਪਦਾ ਪਾਸਾ ਰੱਖਣ ਫੇਰ ਲੱਗਦਾ ਸੀ ਕਿ ਤਿੰਨ ਮੈਂਬਰੀ ਕਮੇਟੀ ਨੇ ਕੱਲ ਜਵਾਬ ਦੀ ਰਿਪੋਰਟ ਮੈਡਮ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਸੌਂਪ ਦਿੱਤੀ ਹੈ ਤੇ ਕੁਝ ਨਵਾਂ ਡਿਸੀਜਨ ਆਉਣ ਵਾਲਾ ਹੈ ਲੇਕਿਨ ਐਟ ਦ ਸੇਮ ਟਾਈਮ ਬਹੁਤ ਕੁਝ ਨਵਾਂ ਵਾਪਰ ਗਿਆ ਉਹ ਜਿਹੜੇ ਪਹਿਲਾਂ ਗਏ ਐਮਐਲਐਸ ਸੀ ਉਹਨਾਂ ਨੂੰ ਦੁਬਾਰਾ ਸੱਦਿਆ ਜਾਂਦਾ ਹੈ ਉਹ ਉੱਥੇ ਜਾਂਦੇ ਐਟ ਦ ਸੇਮ ਟਾਈਮ ਸਦਾਰਤ ਪ੍ਰਗਟ ਸਿੰਘ ਆਫ ਦੀ ਪ੍ਰੈਸ ਕਾਨਫਰੰਸ ਕਰਕੇ ਕਿਸੇ ਮੰਤਰੀ ਦੇ ਉੱਤੇ ਆਪਦਾ ਅਲੀਗੇਸ਼ਨ ਹੁੰਦੇ ਕਿ ਸਾਰਿਆਂ ਦੀਆਂ ਫਾਈਲਾਂ ਕੱਢੀਆਂ ਜਾਣ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਬਾਹਰ ਆਉਂਦੇ ਨੇ ਤੇ ਉਹ ਕਹਿੰਦੇ ਕਿ ਨਹੀਂ ਸਭ ਕੁਝ ਸਹੀ ਹੈ ਚਿੰਤਾ ਕਰਨ ਦੀ ਲੋੜ ਨਹੀਂ ਹੈ ਪਰ ਦੇਖਣ ਨੂੰ ਇਹ ਲੱਗਦਾ ਨਹੀਂ ਹੈ ਕਿ ਇਹ ਸਭ ਕੁਝ ਸਹੀ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਜੇ ਆਪਾਂ ਕਰੀਏ ਪੰਜਾਬ ਕਾਂਗਰਸ ਦੀ ਗੱਲ ਕਰੀਏ ਜਾਂ ਉਹਨਾਂ ਦੇ ਕੀਤੇ ਹੋਏ ਵਾਅਦਿਆਂ ਦੀ ਗੱਲ ਕਰੀਏ ਇਹਨਾਂ ਸਾਰਿਆਂ ਤੇ ਚਾਨਣਾ ਪਾਉਣ ਲਈ ਦਰਸ਼ਕੋ ਆਪਣੇ ਨਾਲ ਬੜੇ ਹੋਏ ਨੇ ਮੁੱਜਜ਼ ਮਹਿਮਾਨ ਆਪਣੇ ਸਪੈਸ਼ਲ ਗੈਸਟ ਇਸ ਟਾਈਮ ਦਿੱਲੀ ਤੋਂ ਜੁੜ ਚੁੱਕੇ ਨੇ ਮੇਰੇ ਕਹਿਣ ਤੋਂ ਪਾਪ ਸੀਨੀਅਰ ਕਾਂਗਰਸੀ ਲੀਡਰ ਤੇ ਮੈਂਬਰ ਰਾਜ ਸਭਾ ਸਿਟਿੰਗ ਮੈਂਬਰ ਰਾਜ ਸਭਾ ਸਰਦਾਰ ਸਮਸ਼ੇਰ ਸਿੰਘ ਦੂਲੋ ਸਾਡੇ ਨਾਲ ਬਣ ਗਏ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਤੇ ਫਿਰ ਕੁਐਸਚਨਾਂ ਦਾ ਜਵਾਬ ਕਰਾਂਗੇ ਦੂਲੋ ਸਾਹਿਬ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਆਸਰੀ ਕਾਲ ਜੀ ਤੁਹਾਡਾ ਵੀ ਗੁਰਦਲ ਜੀ ਔਰ ਸਰੋਤਿਆਂ ਦਾ ਵੀ ਬਹੁਤ ਸਾਰਾ ਉਹਨਾਂ ਨੂੰ ਫਤਿਹ ਬਲਾਉਣਾ ਮੈਂ ਜੀ 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 ਧੰਨਵਾਦ ਤੁਹਾਨੂੰ ਅਦਲੂ ਸਾਬ ਤੁਸੀਂ ਟਾਈਮ ਕੱਢਿਆ ਦਲੂ ਸਾਬ ਆਪਾਂ ਉਸ ਪੁਆਇੰਟ ਤੇ ਆਵਾਂਗੇ ਕਿ ਜਿਹੜੇ ਪ੍ਰੋਮਿਸ ਕੀਤੇ ਸੀਗੇ 2017 ਤੇ ਉਹ ਡਿਲੀਵਰੀ ਹੋਈ ਕਿ ਨਹੀਂ ਹੋਈ ਉਹ ਬਾਅਦ ਚੋਂ ਨੇ ਪਹਿਲਾਂ ਮੈਨੂੰ ਇਹ ਦੱਸੋ ਕਿ ਆਹ ਜਿਹੜਾ ਨਵਾਂ ਸਭ ਕੁਝ ਚੱਲ ਰਿਹਾ ਹੈ ਕੁਝ ਐਮ ਐਲ ਏਸ ਦਿੱਲੀ ਆਉਂਦੇ ਨੇ ਆਪਦੇ ਗਿਲੇ ਸ਼ਿਕਵੇ ਦੱਸਣ ਉਸ ਤੋਂ ਬਾਅਦ ਸੀਐਮ ਸਾਹਿਬ ਆਉਂਦੇ ਨੇ ਲੱਗਦਾ ਸੀ ਕਿ ਤਿੰਨ ਮੈਂਬਰ ਕਮੇਟੀ ਕੁਝ ਨਵਾਂ ਆ ਉਹ ਦਾ ਡਿਸੀਜਨ ਜਾਂ ਰਿਪੋਰਟ ਸੰਪੂਰੀ ਗਈ ਉਹਨਾਂ ਨੂੰ ਆ ਸੋਨੀਆ ਗਾਂਧੀ ਨੂੰ ਉਸ ਤੋਂ ਬਾਅਦ ਕੋਈ ਨਵਾਂ ਡਿਸੀਜਨ ਸਾਹਮਣੇ ਆਏਗਾ ਲੇਕਿਨ ਐਟ ਦ ਸੇਮ ਟਾਈਮ ਅੱਜ ਦੀ ਨਿਊਜ਼ ਆਉਂਦੀ ਹੈ ਕਿ ਉਹ ਐਮਐਲਏ ਦੁਆਰਾ ਸੱਦ ਲਏ ਗਏ ਨੇ ਉਸ ਤੋਂ ਬਾਅਦ ਪ੍ਰਗਟ ਸਿੰਘ ਜੀ ਆਪ ਦੀ ਜਿਹੜੀ ਉੱਥੇ ਪ੍ਰੈਸ ਕਾਨਫਰੰਸ ਕਰਦੇ ਨੇ ਅਲੀਗੇਸ਼ਨ ਲਾਉਂਦੇ ਨੇ ਕਿਸੇ ਤੇ ਫਿਰ ਜਾਕੜ ਸਾਹਿਬ ਆਉਂਦੇ ਨੇ ਤੋਂ ਕਹਿੰਦੇ ਨਹੀਂ ਜੀ ਸਭ ਕੁਝ ਠੀਕ ਠਾਕ ਚੱਲ ਰਿਹਾ ਤੁਹਾਨੂੰ ਕੀ ਲੱਗਦਾ ਹੈ ਸਾਰਾ ਜਿਹੜਾ ਘਟਨਾਕ੍ਰਮ ਹੈ ਇਹਦੇ ਵਿੱਚ ਕੀ ਲੱਗਦਾ ਕਿ ਕੀ ਨਿਕਲ ਕੇ ਆਊਗਾ ਸਾਹਮਣੇ ਗੁਰਨਾਲ ਜੀ ਸਭ ਕੁਝ ਠੀਕ ਤਾਂ ਹੈ ਨਹੀਂ ਜੀ ਜੇ ਠੀਕ ਹੁੰਦਾ ਤਾਂ ਦਿੱਲੀ ਆਉਣ ਦੀ ਜਰੂਰਤ ਹੀ ਨਾ ਪੈਂਦੀ ਜੀ ਔਰ ਕੋਈ ਚਿੰਤਾ ਚਲੇ ਜਾ ਸਭਾ 4 ਸਾਲ ਹੋ ਗਏ ਪੰਜਾਬ ਦੇ ਐਮ ਐਲ ਏ ਸਹਿਬਾਨ ਜਨਤਾ ਤਾਂ ਹੈ ਹੀ ਹੈ ਜੀ ਇਨਸਾਚ ਹੈ ਔਰ ਮੋਰਖ ਵੀ ਸਾਰਾ ਚਿੰਤਾ ਚਲੇ ਦੁਨੀਆ ਵੀ ਚਿੰਤਾ ਕਿਉਂਕਿ ਕੋਰੋਨਾ ਦੀ ਜਿਹੜੀ ਮਹਾਮਾਰੀ ਆ ਉਹਦੇ ਨਾਲ ਨਾਲ ਜਾਨੀ ਪੋਲਿਟੀਕਲ ਸਰਗਰਮੀਆਂ ਵੜੀਆਂ ਹੋ ਲਿਆ ਹੈ ਪੋਲਿਟੀਕਲ ਔਰ ਬਹਾਮਾਰੀ ਦੂਸਰੀ ਜਣੀ ਕਿਸਾਨੀ ਅੰਦੋਲਨ ਹੈ ਜੀ ਜੀ ਇਹ ਜਿਹੜੇ ਇਹ ইস্যੂ ਨੇ ਇਹਨਾਂ ਨੇ ਚਿੰਤਾ ਬਹੁਤ ਜ਼ਿਆਦਾ ਖੜੀ ਕਰਤੀ ਹੈ ਜੀ ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਜੀ ਔਰ ਜਿਹੜੇ ਐਮਐਲਏ ਸਹਿਵਾਲ ਨੇ ਔਰ ਸਾਰੀ ਪੋਲੀਟੀਕਲ ਕੋਈ ਲੋਕਾਂ ਨੂੰ ਜਵਾਬ ਦੇ ਹੈ ਇਲੈਕਸ਼ਨ ਆਉਣ ਵਾਲੇ ਆ 12 ਚ ਇਲੈਕਸ਼ਨ ਆਉਣ ਵਾਲੇ ਆ 22 ਚ ਹਾਂਜੀ 22 ਦੇ ਵਿੱਚ ਜੀ ਉਹ ਲੋ ਉਹਨਾਂ ਨੂੰ ਚਿੰਤਾ ਹੋਈ ਹੈ ਕਿ ਜੋ ਅਸੀਂ ਬਾਅਦ ਵਿੱਚ ਕੀਤੇ ਸੀ 17 ਦੇ ਇਲੈਕਸ਼ਨਾਂ ਤੋਂ ਪਹਿਲਾਂ ਔਰ ਉਸ ਖਾਸ ਤੌਰ ਤੇ ਦਬਦਬਾ ਸਵਾਬ ਦੀ ਪਵਿੱਤਰ ਸਰਸਤੀ ਤੇ ਜੀ ਅ ਗੁਰੂ ਮਹਾਰਾਜ ਦੇ ਜੀ ਇਹਨਾਂ ਨੂੰ ਆਪਾਂ ਸਖਤ ਕਹਿੰਦੇ ਆ ਸਾਡੇ ਸਖਤ ਨਹੀਂ ਹਾਂਜੀ ਔਰ ਉਟਕਾ ਸਾਹਿਬ ਹੱਥ ਚ ਫੜ ਕੇ ਜੀ ਸੋਹਾ ਫਾਦੀਆਂ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਇੱਕ ਬੇਅਦਬੀ ਦਾ ਇਸ਼ੂ ਹੈ ਜੀ ਔਰ ਦੂਸਰਾ ਸੀਗਾ ਡਰਗ ਦਾ ਤੀਸਰਾ ਸੀਗਾ ਇਹ ਕਿਸਾਨਾਂ ਦੇ ਕਰਜ਼ਿਆਂ ਦੀ ਚੌਥੇ ਸੀਗੇ ਸਕਾਲਰਸ਼ਿਪ ਸੁਕਾਇਮ ਜੀ ਲੀਕਰ ਮਾਫੀਆ ਮਾਇਨ ਮਾਫੀਆ ਰੇਟ ਮਾਫੀਆ ਇਹ ਬੇਰੋਜ਼ਗਾਰੀ ਦਾ ਮਸਲਾ ਇਹ ਕਈ ਤਰ੍ਹਾਂ ਦੇ ਮਸਲੇ ਸੀਗੇ ਗਰੀਬਾਂ ਦੇ ਮਸਲੇ ਐਸ்சி ਬੀਸੀ ਦੇ ਮਿਨੋਰਟੀ ਦੇ ਇਹ ਬੇਜਮੀਨੇ ਕਾਸਟ ਕਾਰਾਂ ਦੇ ਇਸ ਤਰ੍ਹਾਂ ਦੇ ਮਸਲੇ ਬਹੁਤ ਸੀ ਔਰ ਐ ਐਮਐਲਏ ਸਹਿਵਾਨ ਦੂ ਗਰਾਊਂਡ ਰਿਐਲਿਟੀ ਜਿਹੜੀ ਪਤਾ ਉਹਦੇ ਤੇ ਫਿਕਰ ਪਿਆ ਹੋਇਆ ਹੈ ਕਿ ਬਾਈ ਦੇ ਵਿੱਚ ਅਸੀਂ ਕਿਵੇਂ ਦੁਆਰਾ ਆਵਾਂਗੇ ਜੀ ਇਸ ਕਰਕੇ ਇਸ ਕਰਕੇ ਉਹਨਾਂ ਨੇ ਆਪਣੀ ਹਾਈ ਕਮਾਉਂ ਉਸੇ ਕੀ ਗਾਹੇ ਬਗਾਹ ਕੇ ਕੇਂਦਰ ਰਿਹਾ ਮੀਟਿੰਗਾਂ ਦੇ ਵਿੱਚ ਬਸਾ ਜਦੋਂ ਕਿ ਮੁੱਖ ਮੰਤਰੀ ਸਾਹਿਬ ਮੀਟਿੰਗ ਬੁਲਾਉਂਦੇ ਸੇ ਐਮ ਐਲ ਏ ਐਮ ਪੀ ਸਾਹਿਬਾਨ ਦੀ ਅਸੀਂ ਇਹ ਸਾਰੇ ਇਸ਼ੂ ਉੱਥੇ ਰੇਜ਼ ਕਰਦੇ ਤੇ ਜੀ ਉਹ ਇੱਥੇ ਉਹਦੇ ਬਾਅਦ ਦਿੱਲੀ ਵਾਲਿਆਂ ਨੇ ਬੁਲਾਏ ਆ ਐਮਐਲਏ ਸਹਿਬਾਨ ਦੀ ਲੀਡਰ ਸਹਿਬਾਨ ਦੀ ਐਮਪੀ ਸਹਿਬਾਨ ਦੀ ਪੀਡੀਆ ਲੀਡਰ ਦੀ ਸਾਰਿਆਂ ਦੀ ਰਾਇ ਲਈ ਹੈ ਜੀ ਔਰ ਤਿੰਨ ਕਮੇਟੀ ਜਿਹੜੀ ਹੈ ਇਹ ਵੈਸੇ ਸਿਆਣੇ ਬੰਦੇ ਨੇ ਪੁਰਾਣੇ ਨੇ ਜੀ ਜੀ ਔਰ ਬਹੁਤ ਸੀਨੀਅਰ ਨੇ ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਤਾਂ ਕੋਈ ਨਾ ਕੋਈ ਪੰਜਾਬ ਦੇ ਵਿੱਚ ਕਾਂਗਰਸ ਨੂੰ ਬਚਾਉਣ ਲਈ ਪੰਜਾਬ ਦੇ ਹਾਲਾਤ ਠੀਕ ਕਰਨ ਲਈ ਇਹ ਸੋਨੀਆ ਗਾਂਧੀ ਜੀ ਨੂੰ ਜ਼ਰੂਰ ਆਪਣੀ ਰეკਮੈਂਡੇਸ਼ਨ ਕਰਨਗੇ ਕਿੱਤੀ ਹੋ ਗਈ ਕਿਉਂਕਿ ਅਜੇ ਤਾਈ ਅਜੇ ਤੱਕ ਤਾੜ ਕਲਾਈ ਲੱਗ ਰਹੀ ਹੈ ਕਿ ਉਹਨਾਂ ਨੇ ਕੀ ਫਾਰਮੂਲਾ ਦਿੱਤਾ ਕਿਉਂਕਿ ਫਾਰਮੂਲਾ ਤਾਂ ਜਦੋਂ ਇੰਪਲੀਮੈਂਟ ਹੋ ਜਾਏਗਾ ਉਦੋਂ ਹੀ ਪਤਾ ਲੱਗੇਗਾ ਉਰ ਤਾਂ ਕਢਾ ਲੈ ਜੀ ਜੀ ਦੁੱਲੂ ਸਾਹਿਬ ਕੀ ਕਾਰਨ ਹੈ ਕਿ ਟਾਈਮ ਬਹੁਤ ਥੋੜਾ ਰਹਿ ਗਿਆ 2022 ਦੇ ਵਿੱਚ ਐਟ ਦ ਸੇਮ ਟਾਈਮ ਚਲੋ ਇੱਕ ਬੰਦਾ ਨਾਰਾਜ਼ ਚੱਲ ਰਿਹਾ ਸਰਦਾਰ ਨਵਜੋਤ ਸਿੰਘ ਸਿੱਧੂ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਨਾਰਾਜ਼ਗੀ ਵਾਧੀ ਵਾਧੀ ਪ੍ਰਗਟ ਸਿੰਘ ਔਰ ਦੇਖਿਓ ਤੁਸੀਂ ਬੜੇ ਜੈਨੂਇਨ ਪਰਸਨ ਨੇ ਮੈਂ ਅੱਗੇ ਵੀ ਗੱਲ ਕਰਦਾ ਹੁੰਨਾ ਕਿ ਇਹਨਾਂ ਨੂੰ ਤੁਸੀਂ ਯੂਜ਼ ਕਰ ਸਕਦੇ ਸੀਗੇ ਪੰਜਾਬ ਗਵਰਨਮੈਂਟ ਯੂਜ਼ ਕਰ ਸਕਦੀ ਸੀ ਕਿਉਂਕਿ ਦਾਮਨ ਤੇ ਦਾਗ ਨਹੀਂ ਹੈ ਕਿਸ ਤਰ੍ਹਾਂ ਦਾ ਵੀ ਔਰ ਹਾਰਡ ਵਰਕਿੰਗ ਆਨੈਸਟ ਪਰਸਨ ਹੈ ਐਸ ਫਾਰ ਐਜ਼ ਆ ਨੋ ਤੇ ਉਹਨਾਂ ਨੂੰ ਯੂਜ਼ ਕਰ ਸਕਦੇ ਪਰ بجائے ਯੂਜ਼ ਕਰਨ ਦੇ ਉਹਨਾਂ ਨੂੰ ਬਰਾਬਰ ਉਹਨਾਂ ਦਾ ਬਣਦਾ ਸਨਮਾਨ ਦੇਣ ਦੇ ਉਹ ਨਰਾਜ਼ਗੀਆਂ ਵੱਧ ਰਹੀਆਂ ਹਨ ਉਹਦਾ ਕੀ ਕਾਰਨ ਹੈ ਨਰਾਜ਼ਗੀਆਂ ਦਿਨ ਪਰ ਦਿਨ ਵੱਧ ਰਹੀਆਂ ਹਨ ਆ ಕಾಂಗ್ರೆਸ ਬਹੁਤ ਵੱਡੀ ਜਮਾਤ ਹੈ ਜੀ ਆਂਗਰਸ ਤੇ ਵਿੱਚ ਬਹੁਤ ਸੀਨੀਅਰ ਲੀਡਰ ਬੈਠੇ ਨੇ ਜੀ ਔਰ ਜਿਨ੍ਹਾਂ ਦਾ ਸਾਰਾ ਪਿਛੋਕੜ ਕਾਂਗਰਸ ਦਾ ਰਿਹਾ ਔਰ ਉਹਨਾਂ ਨੇ ਕਾਂਗਰਸ ਦਾ ਧਾਮ ਨਹੀਂ ਛੱਡਿਆ ਜਦੋਂ ਵੀ ਮਾੜੇ ਦਿਨ ਆਏ ਕ੍ਰਾਈਸਿਸ ਆਏ ਉਹ ਕਾਂਗਰਸ ਦੇ ਨਾਲ ਜੁੜੇ ਰਹੇ ਜੀ ਪੱਲੇ ਇੱਥੇ ਸਿੱਧੂ ਸਾਫ ਦਾ ਸਵਾਲ ਨਹੀਂ ਹੈ ਜੀ 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 ਸਵਾਲ ਹੋਰ ਲੀਡਰਾਂ ਦਾ ਵੀ ਹੈ ਜੀ ਜਿਨ੍ਹਾਂ ਨੇ ساری ਉਮਰ ਕਾਂਗਰਸ ਚ ਲਾਤੀ ਜਿਹੜੇ ਅਣਗੌਲੇ ਹੋਏ ਹੋਏ ਨੇ ਜੀ ਜਿਹੜੇ ਟ੍ਰੈਡੀਸ਼ਨਲ ਨੇ ਜਿਨ੍ਹਾਂ ਦੀਆਂ ਫੈਮਲੀਆਂ ਜੜੀਆਂ ਨੇ ਉਹਨਾਂ ਨੇ ਕੁਰਬਾਨੀਆਂ ਕਿਲੇ ਆਸਵਾਦ ਦਾ ਸ਼ਕਾਰ ਵੀ ਹੋਈਆਂ ਬਹੁਤ ਫੈਮਲੀਆਂ ਜੀ ਉਹ 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 ਇਗਨੋਰ ਹੋਏ ਹੋਏ ਨੇ ਇਸ ਕਰਕੇ ਇੱਕ ਕੱਲਾ ਜਿਹੜਾ ਜੋ ਕਾਟੋ ਪਲੇਸ ਹੀ ਕਹਿ ਸਕਦੇ ਆ ਜੀ 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 ਕਿਹੜਾ ਪੰਜਾਬ ਚ ਕਾਟੋ ਪਲੇਸ ਹੈ ਇਹ ਇਹ ਹੈ ਵੀ ਈਗੋ ਵੀ ਹੁੰਦੀ ਹੈ ਹਰ politcal ਆਦਮੀ ਚ ਈਗੋ ਹੈ ਤੇ ਮੈਨੂੰ ਕੁਛ ਨਾ ਕੁਛ ਮਿਲੇ ਮਿਲੇ ਜੀ ਜੀ ਕੋਈ ਇੱਕ ਅਦਲ ਹੈ ਇਹ ਕੁਛ ਨਾ ਕੁਛ ਮਿਲੇ ਕੋਈ ਬੜੀ ਪੋਸਟ ਮਿਲੇ ਇਸ ਲਈ ਕਿਉਂਕਿ ਅਸੀਂ ਵੀ ਸਾਰੀ ਉਮਰ ਕਾਮਰ ਚਲਾਈ ਹੈ ਬਚਪਨ ਸਟੂਡੈਂਟ ਮੂਵਮੈਂਟਾਂ ਚੋਂ ਆਏ ਹੋਏ ਆ ਸਾਰਟੇਜ ਦੇ ਜੋਰ ਕੋਈ ਨਾ ਮੰਤਰੀ ਤੇ ਮੈਂ ਨਾ ਮਿਨਿਸਟਰ ਤੇ ਸਧਾਰਨ ਅਸੀਂ ਪਰਿਵਾਰਾਂ ਚ ਆ ਕੇ ਟੂਡ ਮੂਵਮੈਂਟਾਂ ਦੇ ਵਿੱਚੋਂ ਪੋਲਟਿਕਟਾਇਆ ਜੀ ਜੀ ਅਜੋਕਾ ਲੀਡਰ ਉਪਰ ਆਉਂਦੇ ਨੇ ਜੀ ਅੱਜਕੱਲ ਲੀਡਰ ਜਿਹੜੇ ਨੇ ਉੱਪਰੋਂ ਆਉਂਦੇ ਨੇ ਯਾ ਸਰਮਾਇਦਾਰ ਆਉਂਦੇ ਨੇ ਪੈਸੀਆ ਆਉਂਦੇ ਨੇ ਦੂਲੋ ਸਾਹਿਬ ਆਪਾਂ ਇਸ ਪੁਆਇੰਟ ਆਪਾਂ ਇਸ ਪੁਆਇੰਟ ਤੇ ਹੁਣੇ ਆਉਣੇ ਆ ਕਿ ਜਿਹੜੇ ਸੀਨੀਅਰ ਲੀਡਰ ਨੇ ਕਾਫੀ ਜਿਹੜੇ ਅਣਗਹਿਲੇ ਕੀਤੇ ਗਿਆ ਪੁੱਤੇ ਹੋਣੇ ਆ ਆ ਮੇਰਾ ਕੁਐਸਚਨ ਹੋਰ ਵੀ ਹੈ ਜਿਹੜਾ ਦੋ ਗਰੁੱਪਸ ਦੀ ਗੱਲ ਹੋ ਰਹੀ ਹੈ ਉੱਤੇ ਆਪਾਂ ਆਉਣੇ ਆ ਆਪਾਂ ਰੁਕਣਾ ਪੈ ਰਿਹਾ ਛੋਟੀ ਜੀ ਬ੍ਰੇਕ ਲਈ ਦੂਲੋ ਸਾਹਿਬ ਅਦਸ਼ਕੋ ਸਾਨੂੰ ਰੁਕਣਾ ਪੈ ਰਿਹਾ ਛੋਟੀ ਜੀ ਬ੍ਰੇਕ ਲਈ ਆਪਣੇ ਨਵੇਂ ਬਣੇ ਹੋਏ ਨਿਮਾਣਯੋਗ ਸ਼ਮਸ਼ੇਰ ਸਿੰਘ ਦੂਲੋ ਇਦਾਂ ਹੀ ਬਣ ਰਿਹਾ ਜ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਸ਼ਮਸ਼ੇਰ ਸਿੰਘ ਦੂਲੋ ਦੂਲੋ ਸਾਹਿਬ ਮੇਰਾ ਇੱਕ ਕੁਐਸਚਨ ਤੁਹਾਡੇ ਤੋਂ ਇਹ ਹੈ ਕਿ ਆਪਾਂ ਇਸ ਟੌਪਿਕ ਨੂੰ ਇੱਥੇ ਖਤਮ ਕਰ ਦਾਂਗੇ ਇੱਕ ਕੁਐਸਚਨ ਤੋਂ ਬਾਅਦ ਕਿ ਜਿਹੜੀ ਕਾਟੋਕਲੇਸ਼ ਪਿਆ ਹੋਇਆ ਹੈ ਦੋ ਗਰੁੱਪ ਬਣੇ ਹੋਏ ਆ ਕੈਪਟਨ ਸਾਹਿਬ ਦਾ ਗਰੁੱਪ ਤੇ ਦੂਸਰਾ ਕਹਿ ਰਹੇ ਕਿ ਸਿੱਧੂ ਸਾਹਿਬ ਦਾ ਸਿੱਧੂ ਸਾਹਿਬ ਆਪ ਤਾਂ ਕੁਝ ਬੋਲ ਹੀ ਨਹੀਂ ਰਹੇ ਨਾਓ ਮੀਡੀਆ ਚਾਹ ਰਹੇ ਆ ਪਤਾ ਨਹੀਂ ਉਹਨਾਂ ਦਾ ਨਾਮ ਕਿਉਂ ਲੱਗ ਰਿਹਾ ਹੈ ਕਿ ਉਹ ਸਿੱਧੂ ਸਾਹਿਬ ਦਾ ਗਰੁੱਪ ਮੈਨੂੰ ਨਹੀਂ ਪਤਾ ਉਸ ਚੀਜ਼ ਦਾ ਪਰ ਮੈਨੂੰ ਇਹ ਜੋ ਕੰਸੋਆਂ ਬਾਰ ਆ ਰਹੀਆਂ ਕਿ ਹਰ ਬੰਦਾ ਬੜੇ ਜ਼ਿਆਦਾ ਹਰ ਗਰੁੱਪ ਬੜੀ ਜ਼ਿਆਦਾ ਕੌਨਫੀਡੈਂਸ ਦੇ ਵਿੱਚ ਆ ਕਿ ਕੋਈ ਗੱਲ ਹੀ ਨਹੀਂ ਸਾਡੇ ਕੋ 40 ਆ ਕੋਈ ਕਹਿੰਦਾ ਸਾਡੇ ਕੋ 45 ਆ ਹਾਲਾਂਕਿ ਜੇ ਦੋਨਾਂ ਨੂੰ ਜੋੜੀਏ ਤਾਂ 85 ਐਮਐਲਏ ਬਣ ਜਾਂਦੇ ਕਾਂਗਰਸ ਕੋ ਹੈ ਹੀ 80 ਸਾਰੇ ਐਨੀਵੇ ਮੈਨੂੰ ਇਹ ਦੱਸੋ ਕਿ ਇੰਨਾ ਜ਼ਿਆਦਾ ਕੌਨਫੀਡੈਂਸ ਇਹ 2022 ਇੱਕਦਮ ਸਿਰ ਤੇ ਆ ਤੇ ਐਡਾ ਵੱਡਾ ਕਲੇਸ਼ ਹੋ ਉਹ ਕਹਾਵਤ ਤੁਸੀਂ ਸੁਣੀ ਹੈ ਨਾ ਕਿ ਡੂਬੇਗੀ ਕਿਸ਼ਤੀ ਤੋਂ ਡੂਬेंगे ਸਾਰੇ ਨਾ ਹਮੀ ਬਚेंगे ਨਾ ਸਾਥੀ ਹਮਾਰੇ ਸਾਰੇ ਇਕੱਠੇ ਡੁੱਬਣਗੇ ਕਿਉਂ ਨਹੀਂ ਹੁਣ ਉਸ ਚੀਜ਼ ਨੂੰ ਰੈਪ ਅਪ ਛੇਤੀ ਸਮੇਟਿਆ ਜਾਂਦਾ ਤੇ ਤੁਹਾਡੇ ਵਰਗੇ ਸੀਨੀਅਰ ਬੰਦਿਆਂ ਨੂੰ ਮੋਰੇ ਲਿਆ ਕੇ ਕੋਈ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਂਦੀ। ਕੋਈ ਰਾਲ ਨਹੀਂ। ਹਲਾਸੇ ਲੋਕ ਮਹੀਨੇ ਚ ਡਵੈਲਪ ਹੋਏ ਦੇ। ਜੀ ਚੰਗਾ ਹੁੰਦਾ ਜਿਸ ਤਰ੍ਹਾਂ ਦੀ ਡਿਮਾਂਡ ਜਿਸ ਤਰ੍ਹਾਂ ਦੀਆਂ ਗੱਲਾਂ ਇਹ ਆਦ ਵੀ ਦੇ ਇਸ਼ੂ ਐ ਕਈ ਇਸ਼ੂ ਜੜੇ ਰਹੇ ਰੇਸ ਕੀਤੇ ਗਏ ਜੀ ਸਾਹਿਦਾ ਐਸੀ ਵੀ ਜਦੋਂ ਸਰਕਾਰ ਸਾਡੀ ਬਣੀ ਐ 17 ਚ ਉਦੋਂ ਇਸ਼ੂ ਰੇਜ ਕਰਦੇ ਰਹਿੰਦੇ ਜੀ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਯਾਦ ਉਡਾਉਂਦੇ ਰਹਦੇ ਤਾਂ ਚੰਗਾ ਹੁੰਦਾ ਸਵਾ ਚਾਰ ਸਾਲ ਤੋਂ ਬਾਅਦ ਇਹ ਗੱਲਾਂ ਹੁਣ ਬੜੀਆਂ ਫੁੱਲ ਕੇ ਆਈਆਂ ਨੇ ਜੀ ਔਰ ਪਰ ਮਾਇਰ ਜਦੋਂ ਸਮਾ ਸੋੜਾ ਰਹਿ ਗਿਆ ਤੁਹਾਨੂੰ ਇਹ ਲੱਗਦਾ ਹੈ ਕਿ ਜਮੀਰ ਪੋਲਿਟিক্যাল ਜਮੀਰ ਜਿਹੜੀ ਹੈ ਪਾਰਟੀਆਂ ਦੀ ਉਹ ਜਿਹੜੀ ਪੰਜਾਬ ਤਕਸਾਲੀ ਮੂਵਮੈਂਟ ਲਾ ਲੋ ਜਾਂ ਜਿਹੜੇ ਅਸੀਂ ਵਾਅਦੇ ਕੀਤੇ ਸਾਰੀ ਪਾਰਟੀ ਨੇ ਕਾਂਗਰਸ ਨੇ ਜੀ ਉਹ ਵਾਅਦੇ ਪੂਰੇ ਨਹੀਂ ਕਰ ਸਕਦੇ ਉਹਦੇ ਕਰਕੇ ਬੇਚੈਨੀ ਹੈ ਜੀ ਆਰਟੀ ਦੇ ਵਿੱਚ ਵੀ ਹੈ ਐਮਐਲਏ ਸਹਿਵਾਨ ਚ ਵੀ ਹੈ ਔਰ ਉਹਦੇ ਕਰਕੇ ਇਹ ਜਿਹੜੀ ਬੇਚੈਨੀ ਹੈ ਕਿ ਸ਼ਾਇਦ ਜੇ ਅਸੀਂ ਨਾ ਕੁਝ ਕਰ ਸਕੀ ਤਾਂ ਸ਼ਾਇਦ ਬਾਕੀ ਦੇ ਵਿੱਚ ਚਾਂਸ ਨਹੀਂ ਮਿਲੇਗਾ ਇਸ ਤਰ੍ਹਾਂ ਦਾ ਸ਼ੰਕੇ ਨੇ ਪੈਦਾ ਹੋਏ ਜੀ 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 ਉਹਦੇ ਕਰਕੇ ਬਾਕੀ ਟਲੇਬਾ ਜੀ ਜਿਹੜੀ ਹੈ ਉਹ ਤਾਂ ਹੁੰਦੀ ਰਹਿੰਦੀ ਹੈ ਹਮੇਸ਼ਾ ਹੁੰਦੀ ਗਈ ਹੈ ਜੀ 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 ਜੇ ਕੋਈ ਜੇ ਕੋਈ ਸਚਾਈ ਦੀ ਗੱਲ ਕਰਦੇ ਨੇ ਉਹਨੂੰ ਕਿਹਾ ਜਾਂਦਾ ਵੀ ਇਹ ਟਲੇਬਾ ਆ ਜੀ 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 ਜੇ ਲੋਕਾਂ ਦੀ ਗੱਲ ਲੋਕਾਂ ਦੀ ਗੱਲ ਕਰਨੀ ਕੋਈ ਜੁਰਮ ਨਹੀਂ ਹੁੰਦਾ ਜੀ ਜੇ ਅਰੇ ਬਾਦੇ ਅਸੀਂ ਪੂਰੇ ਜਿਹੜੇ ਬਾਦੇ ਕੀਤੇ ਸੀ ਲੋਕ ਪੁੱਛਦੇ ਨੇ ਜਦੋਂ ਪਿੰਡਾਂ 'ਚ ਜਾਂਦੇ ਆ ਲੋਕਾਂ ਨਾਲ ਗੱਲਾਂ ਕਰਦੇ ਐ ਉਹ ਪੁੱਛਦੇ ਨੇ ਕਿ ਪੰਜ ਚਾਰ ਸਾਲਾਂ ਚਾਰ ਸਾਲ ਹੋ ਗਏ ਤੁਸੀਂ ਕੀਤਾ ਕੀ ਹੈ ਇਹਦੇ ਬਾਰੇ ਲੇਖਾ ਜੋਖਾ ਦੋ ਔਰ ਉਹੀ ਗੱਲਾਂ ਸੀ ਜਦੋਂ ਵੀ ਮੰਤਰੀ ਸਾਹਿਬ ਕੋਈ ਮੀਟਿੰਗ ਬੁਲਾਉਂਦੇ ਨੇ ਕਹਿੰਦੇ ਨੇ ਐਮਐਲਏ ਸਾਹਿਬ ਹੀ ਲੱਗੇ ਨੇ ਪਰ ਅਫਸੋਸ ਹੈ ਅਫਸੋਸ ਉਹ 4 ਸਾਲ ਤੋਂ ਬਾਅਦ ਉਹ ਇਸ ਪਾਸੇ ਨੂੰ ਚਲੇ ਗਏ ਜੀ ਇਹ ਉਹ ਆਪਣੀਆਂ ਆਪਣੇ ਪੰਜਾਬ ਦੇ ਵਿੱਚ ਨਸ਼ੇ ਵਾਲੀ ਗੱਲ ਬੇਅਦਬੀ ਦੀ ਗੱਲ ਸਕਾਲਰਸ਼ਿਪ ਦਾ ਪਰਫੇ ਮਾਫੀ ਦੀ ਗੱਲ ਬੇਜਮੀਨੇ ਕਾਰ ਦਾ ਦੀ ਗੱਲ ਬੇਜੁਰਗਜ਼ਾਲੀ ਦਾ ਪੱਤਾ ਘਰ ਘਰ ਨੌਕੜੀ ਦਾ ਇਹ ਜਿਹੜੇ ਮਸਲੇ ਨੇ ਦੇ ਕੋਈ ਨਾਸਾਉਰ ਨੇ ਅਸੈਂਬਲੀ ਚ ਇਸ਼ੂ ਨਹੀਂ ਲੈ ਨੇ ਨਾ ਉਹਨਾਂ ਨੇ ਕਦੇ ਮੀਟਿੰਗਾਂ ਕੀਤੀਆਂ ਮੀਟਿੰਗਾਂ ਵੀ ਹੁਣ ਇਕੱਠੇ ਗੱਲ ਹੋਣ ਲੱਗਦੇ ਨੇ ਕਰਨ ਇਸ ਕਰਕੇ ਇਹ ਚਾਹੀਦਾ ਹੈ ਸੀ ਡੈਮੋਕ੍ਰੇਸੀ ਦੇ ਵਿੱਚ ਦੇ ਤੁਸੀਂ ਸੱਤਾ ਸੱਤਾ ਤੋਂ ਇੱਕ ਵੱਖਰੀ ਚੀਜ਼ ਹੈ ਚਾ ਲੋਕਾਂ ਨੇ ਦੇਣੀ ਹੈ ਜੀ ਜੀ ਹਮੇਸ਼ਾ ਜਦੋਂ ਐਮਐਲਏ ਐਮਪੀ ਬਣ ਕੇ ਜਾਂ ਮਨਿਸਟਰ ਬਣ ਕੇ ਲੋਕਾਂ ਨੂੰ ਭੁੱਲਣਾ ਨਹੀਂ ਚਾਹੀਦਾ ਲੋਕਾਂ ਨੂੰ ਹਮੇਸ਼ਾ ਉਹਨਾਂ ਨੂੰ ਆਪਣਾ ਮਾਲਕ ਸਮਝਣਾ ਚਾਹੀਦਾ ਹੈ ਇਹ ਪੰਜਾਬ ਦੇ ਲੋਕ ਆਟੇ ਮਾਲਕ ਹੈ ਅਸੀਂ ਐਡਮਿਨਿਸਟਰेटर ਨਹੀਂ ਹੈ ਇਹ ਡੈਮੋਕ੍ਰੇਸੀ ਦੇ ਵਿੱਚ ਰਾਜ ਆਉਂਦਾ ਚੱਲਿਆ ਜਾਂਦਾ ਪਰ ਲੋਕਾਂ ਦੀਆਂ ਲੋਕਾਂ ਨਾਲ ਨੂੰ ਜਿਹੜਾ ਲੋਕਾਂ ਨੇ ਜਿਹੜਾ ਵਿਸ਼ਵਾਸ ਤੁਹਾਡੇ ਤੇ ਕੀਤਾ ਉਹਨਾਂ ਨਾਲ ਵਿਸ਼ਵਾਸ ਤਾਸ ਨਹੀਂ ਹੋਣਾ ਚਾਹੀਦਾ ਇਸ ਕਰਕੇ ਜਿਹੜੀ ਲੜਾਈ ਹੈ ਉਹ ਮੈਂ ਸਮਝਦਾ ਕਿ ਇਹ ਇਹ ਪੰਜਾਬ ਦੇ ਇਸ਼ੂਆਂ ਨੂੰ ਕਿ ਕਿਵੇਂ ਉਹਨਾਂ ਨੂੰ ਅਸੀਂ ਨਿਪਰੇ ਚਾੜ੍ਹ ਸਕਦੇ ਆ ਉਹ ਜਗਾ ਉਹ ਜਗਾ ਰਹੇ ਨੇ ਉਹ ਯਾਦ ਕਰਾ ਰਹੇ ਨੇ ਮੈਂ ਸਮਝਦਾ ਐਮਐਲਏ ਸਵਾਰ ਦਾ ਰੋਲ ਜੀ ਜੀ ਦੂਸਰ ਸਭ ਇਹ ਚੀਜ਼ਾਂ ਹੁਣ ਬਹੁਤ ਹੋਰ ਪੰਜ ਚਾਰ ਮਹੀਨਿਆਂ ਤੱਕ ਕੋਡ ਆਫ ਕੰਡਕਟ ਵੀ ਲੱਗ ਜਾਊਗਾ ਇਹ ਚੀਜ਼ਾਂ ਤਾਂ ਲੇਟ ਹੋ ਗਈਆਂ ਉਸ ਐਟ ਦ ਸੇਮ ਟਾਈਮ ਆਪਾਂ ਬڑے ਸੰਕਟ ਵਿੱਚੋਂ ਨਿਕਲ ਰਹੇ ਹਾਂ ਇੱਕ ਕਰੋਨਾ ਮਹਾਮਾਰੀ ਦੂਜਾ ਕਿਸਾਨ ਅੰਦੋਲਨ ਇਹ ਚੀਜ਼ਾਂ ਲੇਟ ਹੋ ਗਈਆਂ ਮੇਰਾ ਤੁਹਾਡੇ ਤੋਂ ਕੁਐਸਚਨ ਇਹ ਹੈ ਕਿ ਜਦੋਂ 2017 ਸਰਕਾਰ ਬਣੀ ਸੀ ਚਲੋ ਨਵੇਂ ਐਮਐਲਏ ਬਣਦੇ ਨਵੇਂ ਚਿਹਰੇ ਸਾਹਮਣੇ ਬਹੁਤ ਚੰਗੀ ਗੱਲ ਹੋਣੀ ਵੀ ਚਾਹੀਦੀ ਹੈ ਪਰ ਤੁਹਾਨੂੰ ਨਹੀਂ ਲੱਗਦਾ ਕਿ ਸੀਐਮ ਸਾਹਿਬ ਨੂੰ ਪਹਿਲੇ ਦਿਨ ਤੋਂ ਕੰਮ ਕਰਨਾ ਚਾਹੀਦਾ ਸੀ ਤੁਹਾਨੂੰ ਨਾਲ ਲੈ ਕੇ ਜਿਹੜੇ ਸੀਨੀਅਰ ਕਾਂਗਰਸੀਏ ਕਿਉਂਕਿ ਐਕਸਪੀਰੀਅੰਸ ਬਹੁਤ ਵੱਡੀ ਚੀਜ਼ ਹੁੰਦੀ ਹੈ ਤੁਸੀਂ ਹੋਗੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਹੋ ਗਿਆ ਰਜਿੰਦਰ ਕੋਰ ਪਠੱਲ ਜੀ ਹੋਗੇ ਦੇਖੋ ਘਰਾਂ ਦੇ ਵਿੱਚ ਵੀ ਥੋੜਾ ਬਹੁਤ ਮਨਮਟਾਵ ਚੱਲਦਾ ਰਹਿੰਦਾ ਉਹਨੂੰ ਭੁੱਲ ਕੇ ਤੁਹਾਨੂੰ ਕਹਿੰਦੇ ਵੀ ਦਿੱਲੀ ਚੋਂ ਦੋ ਦਿਨ ਇੱਥੇ ਹੀ ਕੱਢਿਆ ਕਰੋ ਮੇਰੇ ਕੋਲ ਵੀ ਤੇ ਆਪਾਂ ਕੋਈ ਇੱਥੇ ਕਰੀਏ ਮੇਰਾ ਕੋਈ ਸਾਥ ਦਿਓ ਤਾਂ ਕਿ ਬਜਟ ਥੋੜੇ ਹੁੰਦੇ ਨੇ ਪ੍ਰੋਮਿਸ ਵੱਡੇ ਹੁੰਦੇ ਨੇ ਪਰ ਸਾਰੇ ਬੰਦੇ ਇਕੱਠੇ ਹੋ ਕੇ ਪਿੰਡਾਂ ਜਾਓ ਕਿ 100 ਰੁਪਏ ਤਾਂ ਅਸੀਂ ਨਹੀਂ ਦੇ ਸਕਦੇ ਪਰ ਅਸੀਂ ਕੋਸ਼ਿਸ਼ ਕਰਦੇ ਤੁਹਾਨੂੰ 30 ਆ 40 ਰੁਪਏ ਦਵਾਂਗੇ ਮੇਰੇ ਕਹਿਣ ਦਾ ਉਹ ਜੋ ਅਸੀਂ ਕਹਾਂ ਉਹ 30 40 50% ਅਸੀਂ ਕਰਾਂਗੇ ਤੁਸੀਂ ਵੀ ਸਾਨੂੰ ਸਾਥ ਦਿਓ ਮੇਰੇ ਕਹਿਣ ਦਾ ਮਤਲਬ ਜਿਹੜੇ ਪੁਰਾਣੇ ਜਿਹੜੇ ਤੁਸੀਂ ਤੁਸੀਂ ਦੇਖਿਆ ਹੋਣਾ ਮਨੋ ਹਟਾਬ ਤਾਂ ਕੱਲੀ ਦਲ ਚ ਵੀ ਚੱਲ ਰਿਹਾ ਆਮ ਆਦਮੀ ਪਾਰਟੀ ਦਾ ਕੀ ਹਾਲ ਹੈ ਤੁਸੀਂ ਦੇਖਿਆ ਪਰ ਤੁਸੀਂ ਬਹੁਤ ਸੀਨੀਅਰ ਹੋ ਹੋਰ ਤੁਹਾਡੇ ਨਾਲ ਦੇ ਬਹੁਤ ਸੀਨੀਅਰ ਨੇ ਇਹੇ ਉਹਨਾਂ ਨੇ ਉੱਥੇ ਗਲਤੀ ਨਹੀਂ ਕੀਤੀ ਸੀ ਐਮ ਸਾਹਿਬ ਨੇ ਕਿਉਂ ਨਹੀਂ ਤੁਹਾਨੂੰ ਉਸ ਵੇਲੇ ਇਨਵੋਲਵ ਕੀਤਾ ਗਿਆ ਹਰ ਚੀਜ਼ ਜਦੋਂ ਅਸੀਂ ਰਾਜ ਸਭਾ ਚ ਗਏ ਆ ਜੀ ਪਹਿਲੀ ਮੀਟਿੰਗ ਐਮ ਐਲ ਏ ਐਮ ਪੀ ਸਾਹਿਬਾਨ ਦੀ ਬੁਲਾਈ ਸਾਰੇ ਐਮ ਪੀ ਵੀ ਗਏ ਐ ਐਮ ਐਲ ਏ ਸਭਾ ਜੀ ਅਸੀਂ ਪਹਿਲੀ ਮੀਟਿੰਗ ਤੇ ਯਾਦ ਕਰਾਇਆ ਕਿ ਆਪਾਂ ਜਿਹੜੇ ਵਾਅਦੇ ਕੀਤੇ ਨੇ ਔਰ ਉਹ ਵੀ ਗੁੱਟਕਾ ਸਾਫ ਚਾਹਤੇ ਜੀ 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 ਉਹ ਉਹ ਜਿਹੜੇ ਵਾਅਦੇ ਨੇ ਉਹ ਆਪਾਂ ਪੂਰੇ ਕਰੀਏ ਮੁੱਖ ਮੰਤਰੀ ਸਾਹਿਬ ਨੂੰ ਇਹ ਕਈ ਜਦੋਂ ਵੀ ਰਿਪੀਟਿਡਲੀ ਅਸੀਂ ਯਾਦ ਕਰਾਉਂਦੇ ਰਹੇ ਜੀ ਔਰ ਲੈਟਰ ਵੀ ਲਿਖਦੇ ਰਹੇ ਪਰ ਅਫਸੋਸ ਹੈ ਬਾਜੂਪਾ ਸਾਹਿਬ ਵੀ ਮੈਂ ਵੀ ਹੋਰ ਵੀ ਐਮਪੀ ਸਾਹਿਬਾ ਲਿਖਦੇ ਹੁੰਦੇ ਆ ਜੀ ਜੀ ਔਰ ਸਾਢੇ 12 ਤਾਈਂ ਇਹ ਜਾਂਦਾ ਕਿ ਮੈਂ ਤਾਂ ਇਹਨਾਂ ਦੇ ਅਕਨੋਲਜ ਹੀ ਨਹੀਂ ਕਰਦਾ ਲੈਟਰ ਲਾ ਬਾਜੂਪਾ ਦੇ ਨਾਮ ਮੇਰੇ ਹਾਂ ਕਿਉਂਕਿ ਜਿਹੜਾ ਜਿਹੜਾ ਰਾਜ ਜੀ ਦੇ ਕੋਲ ਹੈ ਪਾਰਟੀ ਨੇ ਉਹ ਚੁੜਿਆ ਸੋਲੀਆਂ ਗਾਂਧੀ ਜੀ ਨੇ ਰਾਜ ਭਾਗ ਦਿੱਤਾ ਇਹ ਪਾਰਟੀਆਂ ਦਿੰਦੀ ਹੈ ਇੰਡੀਵਿਜੂਅਲ ਕੋਈ ਨਹੀਂ بڑا ਹੁੰਦਾ ਜੀ ਜੀ ਪਾਰਟੀ ਪਾਰਟੀ ਕਰਕੇ ਮੁੱਖ ਮੰਤਰੀ ਸਾਹਿਬ ਬਣਾਏ ਗਏ ਉਹਨਾਂ ਦੀ ਗਲਤੀ ਦੇ ਪਰ ਮੁੱਖ ਮੰਤਰੀ ਨੂੰ بڑا ਦਿਲ ਰੱਖਣਾ ਚਾਹੀਦਾ ਹੈ ਜੀ بڑا ਦਿਲ ਜਿਹੜਾ ਰਾਜ ਕਰਦਾ ਹੁੰਦਾ ਹੈ ਕਈ ਵਾਰੀ ਉਹ ਇਰਰ ਨਹੀਂ ਕਰਨਾ ਹੁੰਦਾ ਜੇ ਕੋਈ ਚੰਗੀ ਗੱਲ ਕਰਦਾ ਹੈ ਜੀ ਪੰਜਾਬ ਦੇ ਭਲੇ ਦੀ ਗੱਲ ਕਰਦਾ ਹੈ ਪੰਜਾਬ ਦੇ ਮਸਲੇ ਹੱਲ ਕਰਾਉਣ ਦੀ ਗੱਲ ਕਰਦਾ ਹੈ ਤਾਂ ਉਹਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਰਾਈਟ ਉਹਨਾਂ ਨੂੰ ਉਹ ਉਹ ਉਹਨਾਂ ਨੂੰ ਕੰਡੈਮਨ ਨਹੀਂ ਕਰਨਾ ਚਾਹੀਦਾ ਇਹ ਮੈਂ ਸਮਝਦਾ ਕਮੀ ਰਹੀ ਹੈ ਹਕੂਮਤਰੀ ਸਾਹਿਬ ਚ ਜੰਗਾ ਹੁੰਦਾ ਸਾਰਿਆਂ ਦਾ ਸਹਿਯੋਗ ਲੈ ਕੇ ਚੱਲਦੇ ਜੀ ਤਾਂ ਇਹ ਦਿਨੇ ਨਹੀਂ ਸੀ ਆਉਣੇ ਇਹ ਨਹੀਂ ਸੀ ਆਉਣੇ ਜੇ ਤੁਸੀਂ ਨਾਲ ਸੀਨੀਅਰ ਬੰਦੇ ਨਾਲ ਚੱਲਦੇ ਤਾਂ ਮੇਰਾ ਖਿਆਲ ਹੈ ਜਿਹੜੀ ਨਾਰਾਜ਼ਗੀ ਨਵੇਂ ਬੰਦੇ ਖਰਪਰਗਟ ਸਿੰਘ ਹੋਇਆ ਸਿੱਧੂ ਸਾਹਿਬ ਮੇਰਾ ਖਿਆਲ ਨਹੀਂ ਇਹ ਨਾਰਾਜ਼ਗੀ ਦਾ ਪੁਆਇੰਟ ਵੀ ਆਉਂਦਾ ਉਹ ਵੀ ਕਿਸੇ ਨਾ ਕਿਸ ਤਰ੍ਹਾਂ ਮੰਨ ਜਾਂਦੇ ਚਲੋ ਇਹ ਬਾਦ ਦੀਆਂ ਗੱਲਾਂ ਨੇ ਆਦਲੂ ਸਾਹਿਬ ਮੇਰਾ ਇੱਕ ਕੁਐਸਚਨ ਤੜਤੋਇਆ ਕਿ ਕਿਸਾਨ ਅੰਦੋਲਨ ਦੇ ਬਾਰੇ ਆਪਾਂ ਉੱਤੇ ਬਾਅਦ ਚ ਆਉਨੇ ਆ ਤੁਸੀਂ ਕੋਸ਼ਿਸ਼ ਕੀਤੀ ਸੀਐਮ ਸਾਹਿਬ ਵੀ ਗਏ ਆਪਦਾ ਉਹਦਾ ਸਿੱਧੂ ਸਾਹਿਬ ਵੀ ਨਾਲ ਸੀਗੇ ਦਿੱਲੀ ਗਏ ਮਿਲ ਪਰ ਉਸ ਵਕਤ ਤੁਹਾਨੂੰ ਨਾਲ ਨਹੀਂ ਲਿਆ ਗਿਆ ਫਿਰ ਤੁਸੀਂ ਤੇ ਬਾਜਵਾ ਸਾਹਿਬ ਨੂੰ ਲੱਗਦਾ ਇੱਕ ਦੋ ਬੰਦੇ ਫਿਰ ਦੁਬਾਰਾ ਮਿਲ ਕੇ ਆਏ ਤੁਹਾਨੂੰ ਲੱਗਦਾ ਕਿ ਜੇ ਤੁਸੀਂ ਸਾਰੇ ਇਕੱਠੇ ਹੋ ਕੇ ਜਾਂਦੇ ਤਾਂ ਸ਼ਾਇਦ ਕੋਈ ਹੱਲ ਨਿਕਲਣ ਦੇ ਵੱਲ ਆਪਸ ਹੋ ਸਕਦੇ ਸੀ ਜੇ ਜੇ ਕੋਈ ਮੈਂ ਤੇ ਬਾਜਵਾ ਸਾਹਿਬ ਜਦੋਂ ਕਿਸਾਨ ਇਸ਼ੂ ਸੀ ਜੀ ਸਭ ਤੋਂ ਪਹਿਲਾਂ ਪਾਰਲੀਮੈਂਟ ਦੇ ਬਾਹਰ ਮੈਂ ਔਰ ਬਾਜਵਾਜੀ ਨੇ ਜੀ ਬਾਹਰੋਂ ਬੜਾ ਆ ਕੇ ਧਰਨੇ ਦਿੱਤੇ ਜੀ ਪਹਿਲੇ ਸੈਸ਼ਨ ਸ਼ੁਰੂ ਹੁੰਦੇ ਕਿ ਪੰਜਾਬ ਦੀ ਕਿਸਾਨੀ ਜਿਹੜੇ ਇਹ ਜਿਹੜੇ ਕਾਲੇ ਕਾਨੂੰਨ ਬਣਾਏ ਗਏ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ ਜੀ ਅਸੀਂ ਪਾਰਲੀਮੈਂਟ ਦੇ ਬਾਹਰ ਪਹਿਲੇ ਦਿਨ ਜਦੋਂ ਸੈਸ਼ਨ ਸ਼ੁਰੂ ਹੋਇਆ ਮੈਂ ਤੇ ਬਾਜਵਾਜੀ ਦੋਵੇਂ ਬਾਹਰ ਖੜੇ ਦੋਨਾਂ ਨੇ ਪ੍ਰੋਟਸਟ ਕੀਤਾ মিডিਆ ਨੂੰ ਅਡਰੈਸ ਕੀਤਾ ਔਰ ਉਹਦੇ ਬਾਅਦ ਪਾਰਲੀਮੈਂਟ ਰਾਜ ਸਭਾ ਦੇ ਅੰਦਰ ਉੱਥੇ ਵੀ ਇਹ ਮਸਲਾ ਵਾਜਵਾ ਜੀ ਨੇ ਚੱਕਿਆ ਤੇ ਬਾਕੀ ਐਮਐਲਏ ਨੇ ਸਪੋਰਟ ਵੀ ਕੀਤਾ ਇਸ ਕਰਕੇ ਪਤਾ ਨਹੀਂ ਕੀ ਗੱਲ ਹੈ ਤੇ ਇਹ ਸਾਲੂ ਦੋ ਤਿੰਨ ਜਿਹੜੇ ਰਾਜ ਸਭਾ ਦੇ ਅਸੀਂ ਮੈਂਬਰ ਹੈ ਮੈਂ ਵਾਜਵਾ ਸਾਹਿਬ ਹੈ ਅੰਮਕਾ ਸੋਨੀ ਜੀ ਹੈ ਜਿਹੜੀ ਪੰਜਾਬ ਤੋਂ ਆਉਂਕ ਹੈ ਉਹਨਾਂ ਨੂੰ ਵੀ ਕਦੇ ਨਾਲ ਨਹੀਂ ਲਿਆ ਕਿਉਂਕਿ ਜਿਹੜਾ ਕਿੰਤੂ ਪ੍ਰੰਤੂ ਜਿਹੜੇ ਪੰਜਾਬ ਦੇ ਲੋਕਾਂ ਦੀ ਗੱਲ ਕਰੇ ਕਿਸਾਨੀ ਦੀ ਗੱਲ ਕਰੇ ਮਾਫੀਆ ਜਿਹੜਾ ਪੰਜਾਬ ਤੋਂ ਸਰਕਾਰ ਮੈਂ ਉਹਦੀ ਗੱਲ ਕਰੇ ਉਦੇ ਖਿਲਾਫ ਐਕਸ਼ਨ ਦੀ ਗੱਲ ਕਰੀਏ ਔਰ ਜਿਹੜੀਆਂ ਇਲੀਗਲ ਰਿਸਟਲਰੀਆਂ ਪੰਜਾਬ ਚ ਨਾਉ ਫੜੀਆਂ ਹੈ ਜੀ ਲੀਕਰ ਦੀ ਗੱਲ ਕਰੀਏ ਨਸ਼ੇ ਨਾਲ ਮੁੰਡੇ ਮਰਦੇ ਆਂ ਜੀ ਇਹ ਅਸੀਂ సీఎం ਸਾਹਿਬ ਨੂੰ ਅਸੀਂ సీఎం ਸਾਹਿਬ ਜਵਾਬ ਦੇਨੇ ਜੀ ਜੀ ਨਾ ਸਿਰਫ ਸਾਨੂੰ ਬਲਕਿ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਨੇ ਭਈ ਉਹਨਾਂ ਦਾ ਹੱਕ ਬਣਦਾ ਜੀ ਜੀ ਅਸੀਂ ਵੀ ਜਵਾਬ ਦੇ ਆਂ ਅਸੀਂ ਪਿੰਡਾਂ ਚ ਜਾਣਦੇ ਆਂ ਅਸੀਂ ਅਸੀਂ ਤਾਂ ਆਪਣੇ ਘਰ ਨਹੀਂ ਟਿਕਤੇ ਬਹਿੰਦੇ ਜੀ ਜੀ ਅਸੀਂ ਤਾਂ ਲੋਕਾਂ ਦੇ ਸੁੱਖ ਦੁੱਖਾਂ ਚ ਜਾਣਦੇ ਆਂ ਲੋਕ ਸਾਨੂੰ ਸਵਾਲ ਕਰਦੇ ਨੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਪਹੁੰਚਦੇ ਆ ਅਸੀਂ ਉਹਨਾਂ ਨੂੰ ਲਿਖਦੇ ਆ ਲਿਖਦੇ ਆ ਬੋਲਦੇ ਆ ਮੀਟਿੰਗਾਂ ਚ ਕਹਿੰਦੇ ਆ ਔਰ ਉਹ ਆਪਣੇ ਉਹੀ ਜਿਹੜੀ ਚਿੱਠੀ ਇਹਨਾਂ ਨੂੰ ਲਿਖਦੇ ਆ ਉਹੀ ਸੌਲੀਆਂ ਗੱਲਾਂ ਦੀ ਉਹ ਲਿਖਦੇ ਆ ਜੀ ਜੀ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਸੀ ਰਾਜ ਰਲ ਮਿਲ ਕੇ ਹੁੰਦਾ ਹੁੰਦਾ ਜੀ 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 ਰਾਜ ਮਿਲ ਕੇ ਡੈਮੋਕ੍ਰੇਸੀ ਦੇ ਡिक्टेटर ਬਣ ਕੇ ਰਾਜ ਨਹੀਂ ਕੀਤਾ ਜਾ ਸਕਦਾ ਜੀ ਜੀ ਦੂਲੂ ਸਾਹਿਬ ਦੂਲੂ ਸਾਹਿਬ ਮੇਰਾ ਇੱਕ ਕੁਐਸਚਨ ਇਹ ਹੈ ਕਿ ਤੁਸੀਂ ਬੜੇ ਸੀਨੀਅਰ ਸਾਰੀ ਉਮਰ ਤੁਸੀਂ ਕਾਂਗਰਸ ਦੇ ਵਿੱਚ ਰਹੇ ਵੱਡੇ ਅਹੁਦਿਆਂ ਤੇ ਵੀ ਰਹੇ ਆ ਕੀ ਕਾਰਨ ਹੋ ਗਿਆ ਸੀ ਕਿ ਪਿਛਲੀ ਵਾਰ ਤੁਹਾਡੇ ਪਰਿਵਾਰ ਦੇ ਕੁਝ ਮੈਂਬਰ ਜਿਹੜੇ ਆ ਦੂਸਰੀ ਹੋਰ ਪਾਰਟੀਆਂ ਵੱਲ ਚਲੇ ਗਏ ਸੀ ਉਹਦਾ ਕੀ ਕਾਰਨ ਸੀਗਾ ਇਹਦਾ ਕਾਰਨ ਕੀ ਕੋ ਪੰਜਾਬ ਦੀ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੈ ਜੀ ਕੋਈ ਪਾਰਟੀ ਦੇ ਅੰਦਰ ਵੀ ਬਹੁਤ ਸਾਰੇ ਜਲਵਾਦੂ ਲੋਕ ਆ ਕੇ 70% ਲੋਕ ਹੈ ਜਿਹੜੇ ਪਾਰਟੀਆਂ ਬਦਲ ਕੇ ਆ ਕੇ ਸਿੱਖਿਆ ਲਗੇ 60% ਐਮਐਲਏ ਵਨ ਦੇ ਜਿਹੜੇ 12 ਚ ਲੜੇ ਤੇ ਅਕਾਲੀ ਦਲ ਵੱਲੋਂ ਉਹ ਆ ਕੇ 17 ਚ ਇਧਰ ਲੜ ਕੇ ਐਮਐਲਏ ਬਣ ਕੇ ਵਿਚਾਰਸਾਰਾ ਦੀ ਗੱਲ ਹੈ ਜਿਹੜੇ ਪੜੇ ਲਿਖੇ ਮੈਂ ਹੁਣ ਸਟੂਡੈਂਟ ਮੂਵਮੈਂਟ ਤੋਂ ਆਇਆ ਜੀ ਜੀ ਤੁਸੀਂ ਬਹੁਤ ਐਸੇ ਪਰਿਵਾਰ ਹੈ ਤੁਸੀਂ ਪਰਿਵਾਰਾਂ ਦੀ ਗੱਲ ਕਰ ਲੋ ਈਵਨ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਇਹਨਾਂ ਦੀ ਮਾਸਾ ਕੀ ਬੀਜੇਪੀ ਚ ਰਹੀ ਹੈ ਜੀ ਜੀ ਹਮੇਸ਼ਾ ਬੀਜੇਪੀ ਸੀ ਬੀਜੇਪੀ ਦੀ ਰਾਜ ਸਭਾ ਦੀ ਮੈਂਬਰ ਵੀ ਰਹੀ ਹੈ ਜਿਨ੍ਹਾਂ ਦਾ ਪਰ ਅਕਾਲੀ ਦਲ ਤੇ ਵੀ ਚਲਿਆ ਗਿਆ ਮੈਂ ਨਹੀਂ ਫੈਮਿਲੀ ਐਸੀ ਦੱਸਦੀਆਂ ਤੋ ਫਿਰ ਲੋਕ ਰਾਜ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਲੋਕ ਐ ਉਹ ਇਹ ਨਹੀਂ ਐ ਵੀ ਕੰਨ ਫੜ ਕੇ ਆਪਾਂ ਕਿਸੇ ਨੂੰ ਕਹਿੰਦੇ ਵੀ ਤਾ ਇੱਥੇ ਐਸੇ ਕੀਲੇ ਰਾ ਫਾਇਰ ਰਹਿਣਾ ਆਪਣੇ ਆਪ ਹੀ ਵਿਚਾਰ ਤਾਰਾ ਮੇਰੀ ਆਪਣੀ ਵਿਚਾਰ ਤਾਰਾ ਉਹਨਾਂ ਨੇ ਉਹਨਾਂ ਨੇ ਪਾਰਟੀ ਆਪਣੀ ਕੀਤੀ ਔਰ ਮੇਰੇ ਨਾਲ ਮੇਰੇ ਆਪਣੇ ਵਿਚਾਰੇ ਮੇਰੇ ਨਾਲ ਵਿਚਾਰ ਨਹੀਂ ਮਿਲਦੇ ਉਹਨਾਂ ਦੇ ਜੀ 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 ਇਸ ਕਰਕੇ ਉਹਨਾਂ ਨੇ ਆਪਣਾ ਰਾਹ ਚੁਣਿਆ ਜੀ 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 ਦੂਲੋ ਸਾਹਿਬ ਆਪਾਂ ਨਾ ਰੁਕਦੇ ਇੱਕ ਛੋਟੀ ਜੀ ਬ੍ਰੇਕ ਲਈ ਤੇ ਉਸ ਤੋਂ ਬਾਅਦ ਆਪਾਂ ਕੰਟੀਨਿਊ ਕਰਦੇ ਹਾਂ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਸ਼ਮਸ਼ੇਰ ਸਿੰਘ ਦੂਲੋ ਆਪਾਂ ਰੁਕਦੇ ਇੱਕ ਛੋਟੀ ਜੀ ਬ੍ਰੇਕ ਲਈ ਇਦਾਂ ਹੀ ਬਣ ਰਹੇ ਹੋ ਜਸ ਪੰਜਾਬੀ ਦਾ ਫੇਅਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਮੈਂ ਤੁਹਾਡੇ ਰੂਬਰੂ ਹੁਣ ਟਿਊਜ਼ਡੇ ਵੈਨਸਡੇ ਤਰਸੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਦਰਸ਼ਕੋ ਆਪਣੇ ਨਾਮ ਬਣੇ ਹੋਏ ਨੇ ਮਾਨਯੋਗ ਸ਼ਮਸ਼ੇਰ ਸਿੰਘ ਦੂਲੋ ਸੀਨੀਅਰ ਕਾਂਗਰਸੀ ਲੀਡਰ ਤੇ ਰਾਜ ਸਭਾ ਮੈਂਬਰ ਦੂਲੋ ਸਾਹਿਬ ਆਪਾਂ ਸਾਰੀਆਂ ਗੱਲਾਂ ਕਰ ਲੀਆਂ ਕਿ ਆ ਗਰੁੱਪ ਬਣੇ ਹੋਏ ਨੇ ਸੀਨੀਅਰਟੀ ਨੂੰ ਇਗਨੋਰ ਕੀਤਾ ਗਿਆ ਆਪਾਂ ਮੰਨ ਲਈਏ ਮੇਰਾ ਕੁਐਸਚਨ ਹੁਣ ਕਿਸਾਨ ਅੰਦੋਲਨ ਤੇ ਆ ਦੂਲੋ ਸਾਹਿਬ ਹਰ ਬੰਦੇ ਆਪਦੇ ਵੱਲੋਂ ਕੋਸ਼ਿਸ਼ ਕਰ ਰਿਹਾ ਕਿ ਮਾਮਲਾ ਹੱਲ ਹੋ ਜਵੇ ਕਿਸ ਤਰ੍ਹਾਂ ਮੇਰਾ ਕੁਐਸਚਨ ਤੁਹਾਡੇ ਤੋਂ ਇਹ ਹੈ ਕਿ ਤੁਸੀਂ ਦਿੱਲੀ ਬੈਠੇ ਹੋ ਰਾਜ ਸਭਾ ਮੈਂਬਰ ਹੋ ਹੋਰ ਵੀ ਸਟੇਟਾਂ ਤੋਂ ਰਾਜ ਸਭਾ ਮੈਂਬਰ ਆਉਂਦੇ ਹੋਣਗੇ ਬੀਜੇਪੀ ਨੂੰ ਛੱਡ ਕੇ ਕਦੇ ਤੁਸੀਂ ਇਕੱਠੇ ਹੋ ਕੇ ਕੋਈ ਮੀਟਿੰਗ ਕੀਤੀ ਹੈ ਕਿ ਆਪਾਂ ਜਾ ਕੇ ਪੀਐਮ ਸਾਹਿਬ ਨੂੰ ਮਿਲਿਏ ਕਿ ਜੇ ਇਹ ਰੱਦ ਨਹੀਂ ਕਰਨੇ ਤਾਂ ਏਟਲੀਸਟ ਇਹਨਾਂ ਨੂੰ ਸਸਪੈਂਡ ਕਰ ਦਿਓ ਉਦੋਂ ਤੱਕ ਜਦੋਂ ਤੱਕ ਤੁਹਾਡੀ ਟਰਨਓਵਰ ਆ 2024 ਕੋਈ ਨਵੀਂ ਸਰਕਾਰ ਆਊਗੀ ਉਹ ਕਿਸਾਨਾਂ ਨਾਲ ਬਹਿ ਕੇ ਕਿਸਨੇ ਕਿਸ ਤਰ੍ਹਾਂ ਹੱਲ ਕਰ ਲੂਗੀ ਤਾਂ ਕਿ ਲੋਕ ਆਪੋ ਆਪਣੇ ਘਰ ਘਰ ਹੀ ਜਾਣ ਤੁਹਾਨੂੰ ਕੀ ਲੱਗਦਾ ਜੀ ਦੇਖੋ ਪਲੇਟਫਾਰਮ ਜਿਹੜਾ ਹੈ ਪਾਰਲੀਮੈਂਟ ਦਾ ਲੋਕ ਸਭਾ ਚ ਆਵਾਜ਼ ਉੱਠਦੀ ਹੈ ਰਾਜ ਸਭਾ ਚ ਇਹ ইস্যੂ ਨੂੰ ਰੇਜ਼ ਕੀਤਾ ਸਾਡੇ ਵੱਲੋਂ ਪ੍ਰਸਾਦ ਸਿੰਘ ਬਾਜਵਾ ਜੀ ਜੀ ਔਰ ਉਹ ਪ੍ਰਾਈਮ ਮਿਨਿਸਟਰ ਵੀ ਪ੍ਰਾਈਮ ਮਿਨਿਸਟਰ ਵੀ ਉੱਥੇ ਬੈਠੇ ਤੇ ਜੀ ਔਰ ਉੱਥੇ ਕਿਹਾ ਗਿਆ ਕਿ ਤੁਸੀਂ بڑا ਦਿਲ ਦਿਖਾਓ ਦਿਲ ਦਿਲ ਦਿਖਾਉਣਾ ਚਾਹੀਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਖੁੱਲੇ ਦਿਲ ਦਾ ਹੋਣਾ ਚਾਹੀਦਾ ਜੀ ਜੀ ਔਰ ਬਾਜਪਾ ਸਾਹਿਬ ਨੇ ਕਿਹਾ ਕਿ ਚਲੋ ਮੈਂ ਤੁਹਾਡੇ ਨਾਲ ਚੱਲਦਾ ਆਪਾਂ ਸਿੰਧੂ ਬਾਰਡਰ ਤੇ ਚੱਲਦੇ ਆ ਜੀ ਜੀ ਉਹਨਾਂ ਨੂੰ ਮਿਲਦੇ ਆ ਇਹ ਜਿਹੜਾ ਚੱਗਾ ਹੁੰਦਾ ਜਿਹੜਾ ਇਹ ਕੱਤੈਨ ਕਾਨੂੰਨ ਪਾਸ ਕੀਤੇ ਨੇ ਜੇ ਕਿਸਾਨਾਂ ਦੀ ਗੱਲ ਸੁਣ ਲੈਂਦੇ ਉਹਨਾਂ ਨਾਲ ਮੀਟਿੰਗ ਕਰਦੇ ਉਹਨਾਂ ਨਾਲ ਵਿਚਾਰ ਸਾਂਝੇ ਕਰ ਲੈਂਦੇ ਜੀ ਜੀ ਇਹ ਜਿਹੜਾ ਕਾਨੂੰਨ ਬਣਾਏ ਜਾਂਦੇ ਇਹ ਸਮਝਦਾ ਇੱਕ ਤਰਫਾ ਨੇ ਜੀ ਯਾਤਰਾ ਨੂੰ ਕਿਸਾਨਾਂ ਦੀਆਂ ਪ੍ਰੋਬਲਮਾਂ ਨਹੀਂ ਪਤਾ ਜੀ ਬਾਗਵਾ ਨੇ ਬਣਾਤੇ ਜਿਵੇਂ ਐਕਸਪਰਟ ਦੇ ਨੇ ਐਕਸਪਰਟ ਜਿਨ੍ਹਾਂ ਨੂੰ ਖੇਤੀ ਕਰਨ ਦਾ ਪਤਾ ਹੀ ਨਹੀਂ ਜਿਨੂੰ ਖਾਦ ਬੀਜ ਦਾ ਨਹੀਂ ਪਤਾ ਜਿਨੂੰ ਕਈ ਵਾਰੀ ਫਸਲਾਂ ਦਾ ਹੀ ਨਹੀਂ ਪਤਾ ਹੁੰਦਾ ਲੀਡਰਾਂ ਨੂੰ ਕਿ ਕਿਹੜੀ ਫਸਲ ਆ ਉਹ ਦੱਸ ਨਹੀਂ ਸਕਦੇ ਉਹ ਕਈ ਫਾਈਲਾਂ ਦੇ ਕੇ ਉਹਨਾਂ ਨੇ ਡਿਸੀਜਨ ਲੈ ਲਏ ਤੰਗਾ ਹੁੰਦਾ ਜੇ ਪੰਜਾਬ ਦੇ ਵਿੱਚ ਇਹ ਸਾਰੇ ਕਿਸਾਨ ਜਿੰਨੇ ਜੱਥੇਬੰਦੀਆਂ ਇਹਨਾਂ ਨੂੰ ਹੁਣ ਤਾਂ ਵੀ ਮੀਟਿੰਗਾਂ ਹੋ ਰਹੀਆਂ ਨੇ ਕਾਨੂੰਨ ਬਣਾਉਣ ਤੋਂ ਪਹਿਲਾਂ رائے ਲੈਂਦੇ ਜਿਨ੍ਹਾਂ ਲਈ ਜਿਹੜੇ ਪ੍ਰੋਫੈਸਰ ਤੇ ਐਕਸਪਰਟ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਸਾਬਾ ਫੜਨ ਵਾਲੇ ਉਹਨਾਂ ਤੋਂ رائے ਲੈ ਕੇ ਕਾਨੂੰਨ ਬਣਾਤਾ ਉਹਦੇ ਸਾਹ ਕਹੇ ਔਰ ਉਹਦੇ ਕਰਕੇ ਸਾਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਕਿਸਾਨਾਂ ਦੇ ਨਾਲੇ ਸਾਰਾ ਮੁਲਕ ਜੁੜਿਆ ਹੋਇਆ ਕਈ ਵਰਗ ਜੁੜੇ ਹੋਏ ਨੇ ਇਹ ਇਕੱਲੀ ਕਿਸਾਨਾਂ ਦੀ ਮੂਵਮੈਂਟ ਨਹੀਂ ਜੀ ਜੀ ਇਹ ਮੂਵਮੈਂਟ ਸਾਰਿਆਂ ਦੀ ਬਣ ਗਈ ਆ ਮਜ਼ਦੂਰਾਂ ਦੀ ਦੁਕਾਨਦਾਰਾਂ ਦੀ ਅਸੀਂ ਵਿਕਟਿਆ ਪੰਜਾਬ ਦੇ ਵਿੱਚ ਦੁਕਾਨਦਾਰਾਂ ਨੇ ਮਨਿਆੜੀ ਕਰਨਿਆਣਾ ਜਨਨੇਸ਼ ਦੁਕਾਨਾਂ ਵਾਲੇ ਨੇ ਹੋਟਲਾਂ ਵਾਲੇ ਸਾਰਾ ਨੇ ਹੜਤਾਲਾਂ ਕੀਤੀਆਂ ਨੇ ਕਿਸਾਨ ਮੂਵਮੈਂਟ ਦੇ ਹੱਥ ਤੇ ਔਰ ਉਹਦਾ ਨੁਕਸਾਨ ਵੀ ਭਾਜਪੀ ਨੂੰ ਭਾਜਪੀ ਨੂੰ ਇਹ ਗੁਣੇਰਾ ਨੁਕਸਾਨ ਵੀ ਚੱਲ ਰਿਹਾ ਔਰ ਹੁਣ ਵੀ ਮੌਕਾ ਹੈ ਬੋਦੀ ਸਾਹਿਬ ਨੂੰ ਚਾਹੀਦਾ ਹੈ ਕਿਸਾਨਾਂ ਨੂੰ ਬੁਲਾਉਣ ਉਹਨਾਂ ਨਾਲ ਮੀਟਿੰਗ ਕਰਨ ਇਹ ਜਿਹੜੇ ਜਿਹੜੇ ਕਿਸਾਨ ਕਹਿੰਦੇ ਨੇ ਵੀ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਉਹਨਾਂ ਨੂੰ ਉਰਾਨੂਰੀ ਵੀ ਕਰੇ ਰੱਦ ਕਰੇ ਜੀ 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 ਉਹ ਯੋਨਾ ਦੇ ਸੁਝਾਅ ਦੇ ਨਾਲ ਕਰੇ ਜੋ ਕਰਨਾ ਚਾਹਦਾ ਜੀ 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 ਭਾਈ ਸਾਹਿਬ ਆਪਾਂ ਪੰਜਾਬ ਚ ਫੇਰ ਆਵਾਂਗੇ ਮੁੜ ਕੇ ਪਰ ਹੁਣ ਆਪਾਂ ਗੱਲ ਕਰ ਰਹੇ ਆ ਕਿ ਜੋਤੀ ਰਾ ਦਿੱਤ ਸਿੰਧੀਆ ਤਾਂ ਪਹਿਲਾਂ ਵੀ ਚਲੇ ਗਏ ਫਿਰ ਹਾਲਾਤ ਰਾਜਸਥਾਨ ਚ ਵੀ ਇਦਾਂ ਦੇ ਬਣ ਗਏ ਸੀ ਹੁਣ ਕੱਲ ਪਰਸੋਂ ਬੜਾ ਸੀਨੀਅਰ ਯੂਪੀ ਦਾ ਬੜਾ ਕਾਂਗਰਸੀ ਸੀਨੀਅਰ ਨੇਤਾ ਜਿਤਨ ਪ੍ਰਸਾਦ ਵੀ ਭਾਰਤੀ ਜਨਤਾ ਪਾਰਟੀ ਚ ਚਲਾ ਗਿਆ ਕਦੇ ਤੁਸੀਂ ਹਾਈ ਕਮਾਂਡ ਨਾ ਬਹਿ ਕੇ ਗੱਲ ਕੀਤੀ ਕਿ ਇਹ ਹੌਲੀ 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 ਜਿਹੜੇ ਆ ਬੱਸ ਤੋਂ ਸਵਾਰੀਆਂ ਉਤਰਦੀਆਂ ਜਾ ਰਹੀਆਂ ਨੇ ਕੁਝ ਨਾ ਕੁਝ ਕਰਨਾ ਪਊਗਾ ਸੰਗਠਨ ਨੂੰ ਕਾਮਯਾਬ ਰੱਖਣ ਲਈ ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਸਲੇ ਨੂੰ ਜਦੋਂ ਵੀ ਕਦੇ ਮੀਟਿੰਗਾਂ ਹੁੰਦੀ ਹੈ ਮੈਂ ਬੜੇ ਕਈ ਸੂਬਿਆਂ ਦਾ ਇਨਚਾਰਜ ਵੀ ਰਿਹਾ ਹਾਂ ਜੀ ਮੈਂ ਦੇਸ਼ ਦੀ ਸੈਂਟਰਲ ਇਲੈਕਸ਼ਨ ਅਥਾਰਟੀ ਉਹਦੇ ਚਾਰ ਮੈਂਬਰ ਹੁੰਦੇ ਨੇ ਕਾਂਗਰਸ ਪਾਰਟੀ ਦੇ ਉਹਨਾਂ ਚੋਂ ਇੱਕੋ ਮੈਂ ਰਿਹਾ ਜੀ ਔਰ ਗਾਹੇ ਬਗਾਹੇ ਸੌਲੀਆਂ ਗੱਲ ਦੀ رائے ਦਿੰਦੇ ਰਹੇ ਹਾਂ ਔਰ ਇਹ ਜਿਹੜੀ ਪਾਰਟੀ ਦੇ ਵਿੱਚ ਇੱਕ ਤਾਂ ਈਗੋ ਹੈ ਜੀ ਆਉਧਿਆਨੀ ਆਉਧਿਆਨੀ ਈ ਯਾ ਲੀਡਰ ਸਾਡੇ ਮੈਚੂ ਮੈਂਟਨ ਨਾ ਕਾਰਨ ਜਿਹੜਾ ਨਹੀਂ ਪੂਰਾ ਕਰ ਸਕੇ। ਔਰ ਇਹ ਜਿਹੜੇ ਟਰੈਡੀਸ਼ਨਲ ਕਾਂਗਰਸ ਮੈਨ ਆਏ। ਜਿਵੇਂ ਜੋਤੀ ਸਿੰਘ ਤੂਆ ਉਹਦਾ ਫਾਦ ਜੀ ਉਹਦਾ ਉਹ ਬਹੁਤ بڑا ਲੀਡਰ ਸੀ। ਮਾਦੁਰਾਪ ਸਿੰਧਿਆ ਜੀ। ਉਹਦੀ ਜਿਹੜੀ ਦਾਦੀ ਸੀ ਉਹ ਬੀਜੇਪੀ ਚ ਸੀ। ਜੀ। ਉਹਦੀ ਭੈਣ ਜਿਹੜੀ ਸੀ ਜੋਤੀ ਰਾਤੂ ਦੀ ਉਹ ਰਾਜਸਥਾਨ ਦੀ ਮੁੱਖ ਮੰਤਰੀ ਬੀਜੇਪੀ ਦੀ। ਇੱਥੇ ਪਰਿਵਾਰਾਂ ਦਾ ਕੋਈ ਪਤਾ ਲੱਗਦਾ ਹੈ। ਜੀ। ਵੀ ਕਿੱਧਰ ਹੈ ਜਤਿੰਦਰ ਪ੍ਰਸ਼ਾਦ? ਹੈ ਜੀ ਇਹ ਇਹਦਾ ਇਹ ਜਿਹੜਾ ਜੇਪਨ ਹੈ ਹਾਂਜੀ ਹਾਂਜੀ ਇਹਦਾ ਫਾਦਰ ਇਹਦਾ ਫਾਦਰ ਕਾਉਂ ਕਾਉਂੀਆਂ ਗੱਲਾਂ ਦੀ ਦੇ ਖਿਲਾਫ ਚ ਨਾ ਉਹ ਵੀ ਲੜਿਆ ਸੀ ਕਾਂਗਰਸ ਪਾਰਟੀ ਦਾ ਜੀ 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 ਇਸ ਕਰਕੇ ਇਹ ਜਿਹੜੀ ਚਾਹੀਦੀ ਹੈ ਤੁਖੋ ਸਾਹਿਬ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਉਹਨਾਂ ਨੂੰ ਵੀ ਸਾਰਿਆਂ ਨੂੰ ਨਾਲ ਕਲੈਕਟਿਵ رائے ਲੈਣੀ ਚਾਹੀਦੀ ਆ ਜੀ 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 رائے 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 ਜਿੱਥੇ ਕਲੈਕਟਿਵ رائے ਹੋਵੇ ਉਥੇ ਦਾ ਸੈਂਸਰ ਨਹੀਂ ਹੁੰਦੀ ਰਾਈਟ ਅਜੇ ਵੀ ਨਹੀਂ ਸਹੀ ਜਿਸ ਜਿਲ੍ਹਾ ਜਿਲ੍ਹਾ ਦੇ ਜਿਹੜਾ ਐਕਸਪੀਰੀਅੰਸ ਹੈ ਐਕਸਪੀਰੀਅਸ ਜਿਹੜੇ ਲੀਡਰ ਨੇ ਤਜਰਬਾ ਹੁੰਦਾ ਉਹ ਪ੍ਰਾਣੀ ਆਪਣੀ ਯੋਗਤਾ ਹੈ ਜੇ ਕਿਸੇ ਬਰਾਦ ਚ ਕਹਿੰਦੇ ਵੀ ਨੌਜਵਾਨੇ ਜਾਣਗੇ ਪ੍ਰਾਣਾ ਨਹੀਂ ਲੈ ਕੇ ਜਾਣਾ ਉਹ ਪ੍ਰਾਣੇ ਬੰਦਾ ਦੀ ਵੈਲਿਊ ਫੇਰ ਵੀ ਪੈ ਜਾਂਦੀ ਆ ਪਰ ਇੱਥੇ ਕੀ ਹੋਇਆ ਕਿ ਪ੍ਰਾਣੇ ਬੰਦਿਆ ਪੰਜਾਬ ਦੇ ਇੱਥੇ ਹਿੰਦੁਸਤਾਨ ਸੋਸ਼ਲਟੀ ਪਾਰਟੀ ਚ ਨਏ ਪ੍ਰਾਣੀਆਂ ਦਾ ਚੜਾ ਕਲੇਸ਼ ਪੈ ਗਿਆ ਜੀ 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 ਜਿਹੜੇ ਨਵੇਂ ਜਿਹੜੇ ਨਵੇਂ ਐਂਟਰੀ ਕੀਤੇ ਲੀਡਰਾਂ ਦੇ ਬੱਚੇ ਦੇ ਉਹ ਛੇਤੀ ਕਹਿੰਦੇ ਆ ਸਾਨੂੰ ਕੋਈ ਕੁਰਸੀਆਂ ਮਿਲ ਜਾਣ ਜੀ ਪ੍ਰਾਣਿਆਂ ਨੂੰ ਲਾਂਭੇ ਲਾਂਭੇ ਕਰ ਦੋ ਇਹੀ ਗੱਲ ਹੈ ਪੰਜਾਬ 'ਚ ਵੀ ਇਹੀ ਹੈ ਜੀ ਜੀ ਜਿਹੜੇ ਸਾਰੀਆਂ ਉਮਰਾਂ ਨਾਲ ਆਤੀਆਂ ਇਸ ਕਰਕੇ ਜਿਹੜਾ دھਫਾੜ ਪਿਆ ਕਨਾ ਨੌਜਵਾਨਾਂ ਨੂੰ ਨਵੇਂ ਪੁਰਾਣਿਆਂ ਦਾ ਕਾਂਗਰਸ ਦੇ ਵਿੱਚ ਉਹਦੇ ਕਰਕੇ ਸਾਡਾ ਨੁਕਸਾਨ ਹੋਇਆ ਸਾਡੀ ਪਾਰਟੀ ਦਾ ਗਰਾਫ ਸੱਲੇ ਹੋਇਆ ਜੀ ਪਿੱਛੇ ਮੀਟਿੰਗ ਕਰਦੇ ਸੀ ਸੋਨੀਆ ਗੱਲ ਜੀ ਨੂੰ ਕਿਹਾ ਜੀ ਇਹ ਤੁਸੀਂ ਸਾਰਿਆਂ ਨੂੰ ਇਕੱਠੇ ਕਰੋ ਪ੍ਰਾਣੇ ਵੀ ਸੀਰੀਅਲ ਵੀ ਜਿੰਨਾ ਯੋਗ ਬਣਦਾ ਜਿੰਨਾ ਕਿ ਇੰਟੈਲੀਜੈਂਸੀ ਆ ਜੀ ਉਹਨਾਂ ਨੂੰ ਤਜਰਬਾ ਤਜਰਬਾ ਹੁੰਦਾ ਹੈ ਜੀ ਤਜਰਬਾ ਤਜਰਬਾ ਹੁੰਦਾ ਹੈ ਜਿਨ੍ਹਾਂ ਨੇ ਸਾਰੀ ਉੱਪਰ ਲਾਤੀ ਉਹਨਾਂ ਨੂੰ ਤੁਸੀਂ ਤਜਰਬੇ ਦਾ ਫਾਇਦਾ ਲੈਣਾ ਚਾਹੀਦਾ ਹੈ ਦੁੱਲੂ ਸੋ ਆਪਣੇ ਆਪਣੇ ਨਾਲ ਕਾਲਰ ਜੁੜੇ ਕਾਲ ਲੈ ਕੇ ਅੱਗੇ ਵਧਦੇ ਹਾਂ ਹਾਂ ਜੀ ਹਾਂ ਜੀ ਸਸ਼ੀਕਲ ਜੀ ạtwal ਸਾਹਿਬ ਉਹਨੇ ਰੋਂਜੀ ਦੁੱਲੂ ਸਾਹਿਬ ਆਪਣੇ ਨਾਲ ਜੁੜੇ ਹੋਏ ਗੁਲਲਪਾ ਜੀ ਬਹੁਤ ਸਤਿ ਸ਼੍ਰੀ ਅਕਾਲ ਤੇ ਦਲੋਪਾ ਜੀ ਬਹੁਤ ਸਤਿ ਸ਼੍ਰੀ ਅਕਾਲ ਤੁਹਾਡਾ ਪ੍ਰੋਗਰਾਮ ਚੁਣਨ ਦਾ ਤੇ ਸਾਨੂੰ ਜਾਣਕਾਰੀ ਦੇਣ ਦਾ ਜੀ ਇੱਕ ਕੁਐਸਚਨ ਹੈ ਜੀ ਜਦੋਂ ਆਪਣੇ ਇੱਕ ਚੀਜ਼ ਅੱਜ ਸਾਹਮਣੇ ਆਈ ਹੈ ਕਿ ਪੰਜਾਬ ਬਹੁਤ ਹੀ ਪੂਰੀ ਜਿਹੜਾ ਇਹ ਵੈਕਸੀਨੇਟ ਕੀਤਾ ਜੀ ਇਹਨਾਂ ਨੇ ਆਪਣੇ ਫਰੰਟ ਲਾਈਨ ਸਟਾਫ ਨੂੰ ਜੇ ਆਪਾਂ ਪੂਰੇ ਮੁਲਕ ਦੀ ਗੱਲ ਕਰੀਏ ਜੀ 82% ਫਸਟ ਡੋਸ ਲੱਗ ਚੁੱਕਾ ਹੈ ਜੇ ਫਰਟਾਈਲਾਈਜ਼ ਸਟਾਫ ਨੂੰ 56% ਸੈਕੰਡ ਡੋਸ ਲੱਗ ਚੁੱਕਾ ਹੈ ਤੇ ਪੰਜਾਬ ਉਹ ਕਹਿੰਦੇ ਵੀ ਇਸ ਦਰਜੇ ਦੇ ਵਿੱਚ ਇਹ ਤੋਂ ਕਾਫੀ ਥੱਲੇ ਆ ਜੀ ਹੁਣ ਜੇ ਆਪਾਂ ਕਾਰਗੁਜ਼ਾਰੀ ਦੀ ਗੱਲ ਕਰੀਏ ਜੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਜੇ ਕਾਂਗਰਸ ਦੀ ਗੱਲ ਕਰੀਏ ਬਹੁਤ ਹੀ ਵਿਦਵਾਨ ਬਹੁਤ ਹੀ ਸੂਝਵਾਨ ਨੇ ਦੇ ਵਿੱਚ ਨੇਤਾ ਨੇ ਜੀ ਜਿਹੜੇ ਕਿ ਵੌਲੰਟੀਅਰਿੰਗ ਜਾਂ ਉਹਨਾਂ ਦੀ ਕੋਈ ਸਪਿਰਟ ਹੈ ਜਿਸ ਜਜ਼ਬੇ ਦੇ ਨਾਲ ਉਹ ਸੇਵਾ ਕਰਨੀ ਚਾਹੁੰਦੇ ਨੇ ਪਰ ਕੋਵਿਡ ਦੇ ਹਾਲਾਤਾਂ ਨੂੰ ਆਪਾਂ ਉਸ ਤਰੀਕੇ ਨਾਲ ਸਹੀ ਤਰੀਕੇ ਨਾਲ ਕਿਉਂ ਨਹੀਂ ਹੈਂਡਲ ਕੀਤਾ ਗਿਆ ਤੇ ਤੁਸੀਂ ਕੀ ਇਹਦੇ ਵਿੱਚ ਕਹਿਣਾ ਚਾਹੋਗੇ ਕਿ ਹੋਰ ਬਿਹਤਰੀ ਇਹਦੇ ਵਿੱਚ ਕਿੱਦਾਂ ਕੀਤੀ ਜਾ ਸਕਦੀ ਆ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਜੀ 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 ਆਦਲੂ ਸਾਹਿਬ ਇਹ ਸਾਡੇ ਇੱਥੇ ਟ੍ਰੀਸੀ ਸਿਟੀ ਦੇ ਪਲਾਨਿੰਗ ਕਮਿਸ਼ਨਰ ਨੇ ਜੀ ਸਰਦਾਰ ਗੁਰਤੇਜ ਸਿੰਘ ạtਵਾਲ ਬਹੁਤ ਵਧੀਆ ਕੁਐਸਚਨ ਤੇ ਆਪਦੇ ਵਿਚਾਰ ਸਾਂਝੇ ਕਰਦੇ ਰਹਿੰਦੇ ਨੇ ਧੰਨਵਾਦ ạtਵਾਲ ਸਾਹਿਬ ਕੋਈ ਹੋਰ ਕੁਐਸਚਨ ਹੈ ਤੁਹਾਡਾ ਹਾਂ ਜੀ ਨੇ ਬੱਸ ਇਹ ਕਿਸੀ ਜੀ ਧੰਨਵਾਦ ਗੁਰਤੇਜ ਜੀ ਬਹੁਤ ਬਹੁਤ ਧੰਨਵਾਦ ạtਵਾਲ ਸਾਹਿਬ ਤੁਸੀਂ ਕਾਲ ਕੀਤੇ ਜੀ ਦੂਲੂ ਸਾਹਿਬ ਦੇਖੋ ਇੱਕ ਮਹਾਮਾਰੀ ਦਾ ਆਪ ਕੋ ਪਤਾ ਨਹੀਂ ਸੀ ਅਚਨਚੇਤ ਮਹਾਮਾਰੀ ਆ ਗਈ ਜੀ ਇਹ ਨਵੰਬਰ ਦੇ ਵਿੱਚ ਪੇਰਲਾ ਦੇ ਵਿੱਚ ਕੁਝ ਸੱਜਣਾ ਮੁਤਾਬਨ ਲਾਡੂ ਚ ਹੋਈ ਸੀ ਜੀ ਜੀ ਗੰਗਾ ਹੁੰਦਾ ਜੇ ਸਰਕਾਰ ਚਕੰਨੀ ਹੋ ਜਾਂਦੀ ਜੀ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਚਾਈਨਾ ਤੋਂ ਸ਼ੁਰੂ ਹੋਈ ਚਾਨਾਂਦੀ ਪੁਲ ਪਲੈਨਿੰਗ ਹੈ ਉਥੋਂ ਇਹ ਸ਼ੁਰੂ ਵਾਇਰਸ ਆਏ ਪਰ ਮੈਂ ਸੋਚਦਾ ਕਿ ਸਰਕਾਰਾਂ ਐਫਰਟ ਜ਼ਰੂਰ ਕਰਦੀਆਂ ਜੀ ਇਹ ਕੋਈ ਗੱਲ ਨਹੀਂ ਹੁੰਦੀ ਕੋਈ ਵੀ ਸਰਕਾਰ ਹੋਵੇ ਚਾਹੇ ਉਹ ਇਹ ਨਹੀਂ ਦੇਖਦੀਂਦੀ ਕਿ ਸਾਡੀ ਜਨਤਾ ਦਾ ਨੁਕਸਾਨ ਹੋਵੇ ਕਦੇ ਵੀ ਨਹੀਂ ਦੇਖਦੀ ਚਾਹੇ ਕੋਈ ਸੇ ਵੀ ਪਾਰਟੀ ਦੀ ਸਰਕਾਰ ਹੋਵੇ ਮੇਰਾ ਇਹ ਮੰਨਣਾ ਹੈ ਔਰ ਇਹ ਜਿਹੇ ਹਾਲਾਤ ਦੇ ਵਿੱਚ ਸਾਨੂੰ ਕਿੰਤੂ ਪ੍ਰਤੂ ਨਹੀਂ ਕਰਨਾ ਚਾਹੀਦਾ ਇਹ ਹਾਲਾਤ ਦੇ ਵਿੱਚ ਕਰੋਨਾ ਦੇ ਹਾਲਾਤ ਦੇ ਵਿੱਚ ਮਹਾਮਾਰੀ ਦੇ ਹਾਲਾਤ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਆਪਣਾ ਇਹਦੇ ਚ ਕੰਟਰੀਬਿਊਸ਼ਨ ਕਰਨੀ ਚਾਹੀਦੀ ਹੈ ਯੋਗਦਾਨ ਚੜ ਜਾ ਰਹੀ ਗੱਲ ਪੰਜਾਬ ਹਿੰਦੁਸਤਾਨ ਦੇ ਸਾਧਨਾ ਦੀ ਜੀ 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 ਸ਼ੈਲਟਰ ਵਾਲੇ ਫੈਕਟਰ ਵਾਲੇ ਕਹਿੰਦੇ ਅਸੀਂ ਦਵਾਈਆਂ ਭੇਜਦੇ ਆ ਵੈਕਸੀਨੇਸ਼ਨ ਭੇਜਦੇ ਆ ਸਟੇਟ ਵਾਲੇ ਆਪਣੀ ਗੱਲਾਂ ਕਰਦੇ ਨੇ ਜੀ ਜੀ ਮੈਨੂੰ ਇਹ ਸਮਝ ਆਇਆ ਕਿ ਮੌਕੇ ਤੋਂ ਪਹਿਲਾਂ ਤਿਆਰੀ ਨਹੀਂ ਕੀਤੀ ਸਰਕਾਰ ਵਾਲੇ ਜੀ ਜੀ ਜਦੋਂ ਫਸਾ ਲੱਗ ਗਿਆ ਸੀ ਇਹਨਾਂ ਨੂੰ ਤਿਆਰ ਹੋ ਜਾਣਾ ਚਾਹੀਦਾ ਸੀ ਜੀ ਜੀ ਇਹਦੇ ਲਈ ਵੈਕਸੀਨੇਸ਼ਨ ਸਾਇੰਟਿਸਟ ਨੂੰ ਲਾਦਣਾ ਚਾਹੀਦਾ ਸੀ ਵੈਕਸੀਨੇਸ਼ਨ ਬਣਾਉਣ ਦੇ ਵਿੱਚ ਬੜਾ ਟਾਈਮ ਲੱਗਿਆ ਜੀ ਜੀ ਅੱਜ ਵੀ ਦੇਖਦੇ ਆ ਪੰਜਾਬ ਦੇ ਵਿੱਚ ਵੈਕਸੀਨੇਸ਼ਨ ਦੀ ਘਾਟ ਹੈ ਦੂਲੋ ਸਭ ਆਪਣੇ ਨਾਲ ਆਪਣੇ ਨਾਲ ਇੱਕ ਹੋਰ ਕਾਲਰ ਜੁੜ ਗਿਆ ਆਪਾਂ ਨਾਲ ਕਾਲ ਲੈ ਕੇ ਅੱਗੇ ਵਧਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਪੰਨੂ ਤੁਸੀਂ ਔਨ 에ਅਰ ਹੋ ਜੀ ਦੂਲੋ ਸਭ ਆਪਣੇ ਨਾਲ ਜੁੜੇ ਹੋਏ ਡਾਕਟਰ ਪੰਨੂ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰਦਾਰ ਸ਼ਮਸ਼ੇਰ ਸਿੰਘ ਦੂਲੋ ਹੁਣ ਤਾਂ ਅਸੀਂ ਇਹ ਪੁੱਛਣਾ ਚਾਹਾਂਗੇ ਜੀ ਕਿ ਕਾਂਗਰਸ ਪਾਰਟੀ ਦੇ ਵਿੱਚ ਵੀ ਕ੍ਰਾਈਸਿਸ ਹੈ ਬੀਜੇਪੀ ਦੇ ਵਿੱਚ ਵੀ ਕ੍ਰਾਈਸਿਸ ਅਕਾਲੀ ਦਲ ਵੀ ਸਟ੍ਰਗਲ ਕਰ ਰਿਹਾ ਆਮ ਆਦਮੀ ਪਾਰਟੀ ਦਾ ਵੀ ਖਲਾਰਾ ਪਿਆ ਹੋਇਆ ਪਰ ਪੰਜਾਬ ਦੇ ਮੁੱਦੇ ਮੈਡੀਕਲ ਦਾ ਇਨਫਰਾਸਟ੍ਰਕਚਰ ਸਰਵਿਸੇਜ ਐਜੂਕੇਸ਼ਨ ਆਪਣੇ ਟੀਚਰ ਡਾਕਟਰ ਕਿਸਾਨ ਸਾਰੇ ਹੀ ਦੁਖੀ ਨੇ ਸਰਕਾਰ ਤੋਂ ਆਊਟਪੁਟ ਭਾਲਦੇ ਨੇ ਕੀ ਇਹ ਅਗਲੀ ਸਰਕਾਰ ਕੁਝ ਕਰ ਸਕੇਗੀ ਜਾਂ ਅਗਲੇ ਇਲੈਕਸ਼ਨ ਬਾਰੇ ਕੀ ਸਟ੍ਰੈਟਜੀ ਲੈ ਕੇ ਜਨਤਾ ਦੀ ਕਚਹਿਰੀ ਚ ਜਾਵੇਗੀ ਜੀ 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 ਬਹੁਤ ਬਹੁਤ ਧੰਨਵਾਦ ਪੰਨੂ ਸਭ ਸੁਣਵਾਓ ਅੰਸਰ ਸੁਣੋ ਜੀਦੂ ਲੋਪਾ ਸਾਹਿਬ ਇਹ ਨੇ ਡਾਕਟਰ ਚੰਜੀਤ ਸਿੰਘ ਜੀ ਪੰਨੂ ਬਹੁਤ ਸੋਣਾ ਵਿਚਾਰ ਰੱਖਦੇ ਸਾਹਿਬ ਨੇ ਬਹੁਤ ਅੱਛੀ ਗੱਲ ਕੀਤੀ ਹੈ ਬਹੁਤ ਸਵਾਲ ਕੀਤਾ ਹੈ ਜੀ ਸਵਾਲ ਇਹ ਹੈ ਕਿ ਪਾਰਟੀਆਂ ਦਾ ਹਾਲ ਹੁਣ ਤੁਹਾਡੇ ਸਾਹਮਣੇ ਹੀ ਹੈ ਜੀ ਪਾਰਟੀਆਂ ਦਾ ਤਾਂ ਲੋਕਾਂ ਨੂੰ ਮੈਂ ਨਹੀਂ ਕਹਿ ਮੈਂ ਕਹਿ ਸਕਦਾ ਕਿ ਜਦੋਂ ਇਲੈਕਸ਼ਨ ਆਉਂਦੇ ਨੇ ਮੈਨੀਫੈਸਟੋ ਬਣਾਇਆ ਜਾਂਦਾ ਲਵਾਣੇ ਵਾਅਦੇ ਕੀਤੇ ਜਾਂਦੇ ਨੇ ਔਰ ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਇਹਨਾਂ ਮੈਨੀਫੈਸਟੋ ਤੇ ਵਿਸ਼ਵਾਸ ਹੋ ਸਕ ਜਾਏਗਾ ਜੀ ਪੋਲਿਟੀਕਲ ਲੋਗਾ ਦੀ ਮੈਂ ਸਹੀ ਤੌਰ ਤੇ ਕਹਨਾ ਹੈ ਲੋਕਾਂ ਦੇ ਵਿੱਚ ਪੋਲਿਟিক্যাল ਲੋ ਜਿਹੜੇ ਲੀਡਰ ਹੈ ਇਹਨਾਂ ਦੀ ਰਿਸਪੈਕਟ ਘਟਦੀ ਜਾ ਰਹੀ ਆ ਖਾਲਸ ਇਹੋ ਜਿਹੇ ਬਣ ਤੁਕੇ ਦੇ ਜੀ ਜੀ ਉਤੇ ਪ੍ਰੋਫੈਸ਼ਨਲ ਸਿਆਸਤ ਦੇ ਵਿੱਚ ਜਿਆਦਾ ਪ੍ਰੋਫੈਸ਼ਨਲ ਆ ਗਏ ਹੈ ਜੀ ਹਾਊਸ ਟ੍ਰੇਡਿੰਗ ਬਹੁਤ ਔਨੀ ਆ ਆਰਾਮ ਦੇ ਆਰਾਮ ਦਾ ਕੰਮ ਬਹੁਤਾ ਚੱਲ ਪਿਆ ਜੀ 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 ਕਰੋੜਾਪਤੀ ਜਿਹੜੇ ਲੋਕ ਨੇ ਉਹ ਆ ਬੜੇ ਜੀ ਉਹਦੇ ਕਰਕੇ ਪ੍ਰੋਫੈਸ਼ਨਲ ਬਣ ਗਿਆ ਉਸੇ ਤਰ੍ਹਾਂ ਮਾਫੀਆ ਕੰਮ ਕਰਦਾ ਹੈ ਜਿੱਦੋਂ ਤੱਕ ਪੰਡੂ ਸਾਹਿਬ ਨੇ ਕਿਹਾ ਹੈ ਐਜੂਕੇਸ਼ਨ ਬੇਸਿਕ ਹੈ ਐਜੂਕੇਸ਼ਨ ਦੇ ਨਾਲ ਤੁਸੀਂ ਜਿਹੜਾ ਚੰਗੀ ਵਿਦਿਆਰਥਕ ਚੰਗੀ ਟੈਕਨੋਲੋਜੀ ਦੋ ਚੰਗੀ ਵਿਦਿਆ ਦੋ ਹੈਲਥ ਸਰਵਿਸਿਸ ਦੋ ਜਿਹੜਾ ਬੇਸਿਕ ਬੇਸਿਕ ਬੋਲਦਾ ਹੈ ਜਿਹੜਾ ਸਰਕਾਰ ਨੂੰ ਕਰਨਾ ਚਾਹੀਦਾ ਉਹ ਅਸੀਂ ਦੇ ਨਹੀਂ ਸਕਦੇ ਜੀ 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 ਹੋਰ ਹੀ ਦੇ ਸਕਦੇ ਜੀ ਦੋ ਪੈਸੇ ਸੋਰਸ ਸੋਰਸ ਤੇ ਡਿਪੈਂਡ ਕਰਦਾ ਹੈ ਜੀ ਜੀ ਪੰਜਾਬ ਦਾ ਪੌਣੇ ਤੇ ਲੱਖ ਕਰੋੜ ਦਾ ਕੜ ਗਈ ਹੈ ਜੀ ਜੀ ਜੇ ਤਾਂ ਕਿ ਅਜੇ ਤਾਂ ਨਹੀਂ ਨਾ ਤੋਂ ਮੋੜ ਹੁੰਦੀ ਆ ਦੁੱਲੋ ਸਾਰੇ ਬਾਕੀ ਬਾਕੀ ਬੈਠਾ ਰਹਾਂਗਾ ਬਾਕੀ ਜਿਹੜਾ ਪਾਰਟੀਆਂ ਦੇ ਵਿੱਚ ਅੱਗੇ ਸੇਵਾ ਕਰਨ ਲਈ ਆਉਂਦੇ ਤੇ ਮਾਫ ਕਰਨਾ ਜੀ ਅੱਗੇ ਲੋਕ ਸੇਵਾ ਕਰਕੇ ਆਮ ਘਰਾਂ ਦੇ ਵਿੱਚ ਉਹ ਜਿਹੜੇ ਐਮਐਲਏ ਬਣਦੇ ਤੇ ਮਨਿਸਟਰ ਬਣਦੇ ਤੇ ਹੁਣ ਤਾਂ ਕਰੋੜਪਤੀ ਬਣਦੇ ਕਰੋੜਾ ਖਰਚ ਕੇ ਪ੍ਰੋਬਲਮ ਇਹ ਹੈ ਜਿਹੜੀ ਲੋਕਾਂ ਨੂੰ ਵੀ ਮੈਂ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਜੀ ਕਿ ਲੋਕ ਵੀ ਚੰਗੇ ਬੰਦਿਆਂ ਨੂੰ ਚੋਣਨਾ ਜੀ ਲੋਕਾਂ ਦੀ ਵੀ ਏ ਲੀਡਰ ਜ਼ਿੰਮੇਵਾਰ ਆ ਤਾਂ ਲੋਕ ਵੀ ਜ਼ਿੰਮੇਵਾਰ ਆ ਬਰਾਬਰ ਜੀ 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 ਦੁੱਲੋ ਸਾਹਿਬ ਆਪਾ ਹੁਣ ਮੈਂ ਤੁਸੀਂ ਨੈਸ਼ਨਲ ਲੀਡਰ ਰਹੇ ਹੋ ਕਾਂਗਰਸ ਦੇ ਤੇ ਮੈਂ ਤੁਹਾਡੇ ਤੋਂ ਕੁਐਸਚਨ ਹੋਰ ਪੁੱਛਣੇ ਸੀ ਵੈਸਟ ਬੰਗਾਲ ਦਾ ਜਿਹੜਾ ਇਸ਼ੂ ਹੈ ਹੋ ਵੀ ਪਰ ਆਪਣੇ ਕੋਲ ਵਕਤ ਬਹੁਤ ਥੋੜਾ ਇੱਕ ਛੋਟੀ ਜੀ ਬ੍ਰੇਕ ਲਈ ਰੁਕਦੇ ਆ ਉਸ ਤੋਂ ਬਾਅਦ ਆਪਾਂ ਪੰਜਾਬ ਤੇ ਹੀ ਆਉਣੇ ਦੁਆਰਾ ਆ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਖਸ਼ਮਸ਼ੇਰ ਸਿੰਘ ਦੁੱਲੋ ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜੀ ਬ੍ਰੇਕ ਲਈ ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ ਜੀ ਤੁਹਾਡਾ ਸਾਰਿਆਂ ਦਾ ਫੇਰ ਆਪਣੇ ਨਬੜੇ ਹੋਣੇ ਮਾਨਯੋਗ ਜੀ ਸ਼ਮਸ਼ੇਰ ਸਿੰਘ ਦੁੱਲੋ ਦੁੱਲੋ ਸਾਹਿਬ ਮੇਰਾ ਕੁਐਸਚਨ ਤੁਹਾਡੇ ਤੋਂ ਫੇਰ ਇਹੀ ਹੈ ਕਿ ਇੱਕ ਆਪਣਾ ਕਾਲਰ ਜੁੜ ਗਿਆ ਉਸ ਤੋਂ ਬਾਅਦ ਆਪਾਂ ਜੀ ਬੋਬੋ ਸਵਾਗਤ ਜੀ ਤੁਹਾਡਾ ਓਨਰ ਤੁਸੀਂ ਕੌਣ ਸਾਹਿਬ ਬੋਲ ਰਹੇ ਹੋ ਮੈਂ ਜਸਵੰਤ ਸਿੰਘ ਬੋਲ ਰਿਹਾ ਹਾਂ ਜੀ ਸੁਣੋ ਜੇ ਤਾਂ ਜੀ ਜਸਵੰਤ ਸਿੰਘ ਜੀ ਤੁਸੀਂ ਓਨਰ ਹੋ ਦੁੱਲੋ ਸਾਹਿਬ ਵੀ ਓਨਰ ਹੈ ਸੁਣ ਰਹੇ ਕੋਈ ਕੁਐਸਚਨ ਹੈ ਤਾਂ ਜ਼ਰੂਰ ਕਰੋ ਜੀ ਮੇਰਾ ਕੋਈ ਕਹਿੰਦੇ ਦੂਲੂ ਸਾਹਿਬ ਨੇ ਹੁਣੇ ਕਿਹਾ ਵੀ ਉਹਦੇ ਚ ਕਰੋੜਪਤੀ ਲੋਕ ਆਉਣ ਲੱਗੇ ਪੋਲਿਟਿਕਸ ਦੇ ਵਿੱਚ ਜੀ ਇਹ ਦੂਲੂ ਜੰਗ ਹੋਇਆ ਪੁੱਛੋ ਵੀ ਜੇ ਨਾ ਇਹ ਪੋਲਿਟਿਕ ਚ ਆਇਤੀ ਇਹ ਜ਼ੀਰੋ ਸੀਗੇ ਕਰੋੜਪਤੀ ਬਣਗੇ ਜੀ ਜੀ ਬਹੁਤ ਬਹੁਤ ਧੰਨਵਾਦ ਜਸਵੰਤ ਸਿੰਘ ਜੀ ਤੁਹਾਡਾ ਕਾਲ ਕਰਨ ਦਾ ਅਮ ਦੂਲੂ ਸਾਹਿਬ ਮੇਰਾ ਕੁਐਸਚਨ ਇਹ ਹੈ ਕਿ ਆ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਉਹ ਆਪਣੇ ਗੁਰੂ ਸਾਹਿਬ ਦਾ ਸਿਧਾਂਤ ਆਵਲ ਅੱਲਾ ਨੂਰ ਪਿਆ ਕੁਦਰਤ ਕੇ ਸਬੰਧੇ ਆ ਆਪਾਂ ਜਾਤ ਪਾਤ ਉੱਚੀ ਨੀਵੀਂ ਚ ਆਪਾਂ ਨਹੀਂ ਜਾਂਦੇਗੇ ਬਿਲਕੁਲ ਨਹੀਂ ਜਾਂਦੇਗੇ ਆ ਪਰ ਫੇਰ ਵੀ ਇਗਨੋਰੈਂਸ جاری ਹੈ ਪੰਜਾਬ ਚ ਬਹੁਤ ਚਿਰਾਂ ਦੀ ਮੰਗ ਉੱਠ ਰਹੀ ਹੈ ਕਿ Dalit ਸਮਾਜ ਪਿਛੜਾ ਵਰਗ ਉਹਨੂੰ ਅੱਗੇ ਨਹੀਂ ਲਿਆ ਲਿਆਇਆ ਜਾ ਰਿਹਾਉਣ ਨਾਲੇ ਇਲੈਕਸ਼ਨਾਂ ਚ ਤੁਸੀਂ ਦੇਖਦੇ ਹੋ ਕਿ ਕਿਤੇ ਨਾ ਕਿਤੇ ਉਸ ਸਮਾਜ ਨੂੰ ਅੱਗੇ ਲਿਆ ਕੇ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਮੈਂ ਸਮਝਦਾ ਹਾਂ ਕਿ ਸਿਆਸੀ ਪਾਰਟੀਆਂ ਦੀ ਜੀ ਜਦੋਂ ਪੋਲਿਟੀਕਲ ਜ਼ਮੀਨ ਹੈ ਪੈਰਾਂ ਤੋਂ ਖਿਸਕਦੀ ਜਾ ਰਹੀ ਹੈ ਜੀ ਕੋਈ ਵੀ ਪਾਰਟੀ ਚਾਹੇ ਕਾਜ਼ੀ ਦਲ ਹੈ ਚਾਹੇ ਬੀਜੇਪੀ ਹੈ ਚਾਹੇ ਆਪਣਾ ਆਮ ਆਦਮੀ ਪਾਰਟੀ ਹੈ ਜੀ ਜੀ ਇਹ ਔਰ ਦੂਸਰੀਆਂ ਪਾਰਟੀਆਂ ਕਾਂਗਰਸ ਵੀ بیچਲੇ ਲਾ ਲੋ ਔਰ ਇਹਦੇ ਚ ਆਵਾਦੀ ਤੀ ਕੁਝ ਦੇਖੋਗੇ ਪੰਜਾਬ ਦੇ ਵਿੱਚ 47% 35 36% ਤਾਂ ਜਿਹੜਾ ਸਾਇੰਸਿਸ ਹੈ ਜੀ ਜੀ 11 ਦਾ ਉਹਦੇ ਚ ਆਈ ਹੈ 35.7% ਜੀ ਜੀ ਐਸ.ਆਰ. ਦੀ ਆਬਾਦੀ 27 28% ਹੈ ਬੈਕਵਰ ਕਲਾਸ ਦੀ ਜੀ 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 ਕੁਛ ਇਹ ਜੇ ਸਿੱਧੂ ਕਾਸਟ ਨੇ ਜਿਹੜੇ ਆਫਸਰ ਲੱਗ ਗਏ ਵਧੀਆ ਰੋਟੀ ਖਾਣ ਲੱਗ ਗਏ ਘਰ ਚ ਪੰਜ ਚਾਰ ਨੌਕਰੀਆਂ ਮਿਲ ਗਈਆਂ ਉਹ ਲਖਾਉਂਦੇ ਨਹੀਂ ਜੀ ਮਾਫ ਕਰਨਾ ਇਹ ਬਦਕਿਸਮਤੀ ਆ ਉਹ ਪੋਸੋਕੇ ਡਾਕਟਰ ਰਮੀਜ਼ ਕਰਨੂਗੀ ਆਪਣੀ ਪਛੋਕੜ ਵੀ ਪੰਧ ਜੀ ਜੀ ਔਰ ਔਰ ਜਿੱਥੇ ਤੱਕ ਅਦਾਲਤ ਦੀ ਗੱਲ ਕੀਤੀ ਜੀ ਜਿਹੜੇ ਕੇਜਨ ਦੇ ਲੀਡਰ ਹੁੰਦੇ ਤੇ ਪਾਰਟੀਆਂ ਦੇ ਜਿਹੜੇ ਮੁੱਖ ਮੰਤਰੀ ਬਣਦੇ ਤੇ ਤੁਸੀਂ ਮੁੱਖ ਮੰਤਰੀ ਕੱਢ ਲੋ ہزار ਦਰਵਾਰਾ ਸਿੰਘ ਨੂੰ ਲਾ ਲੋ ਜੀ ਯਾਨੀ ਜਾਇਲ ਸਿੰਘ ਜੀ ਆਓ ਸਜ਼ਾਰ ਬਹਿਨ ਸਿੰਘ ਜੀ ਸੀ ਇਹ ਪ੍ਰਕਾਸ਼ ਸਿੰਘ ਬਾਦਲ ਵੀ ਰਹੇ ਨੇ ਪੁਰਾਣੇ ਜਿਹੜਾ ਜਸਟਿਸ ਗੁਲਾਮ ਸਿੰਘ ਕਾਮਰੇਡ ਰਾਮ ਤੇ ਜੀ ਜੀ ਔਰ ਗੋਪੀ ਚੋਪੀ ਚੰਦ ਭਾਗ ਔਰ ਗੋ ਪ੍ਰਤਾਪ ਸਿੰਘ ਕੈਰੋਂ ਜੀ 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 ਇਹ ਜਿਹੜੇ ਲੀਡਰ ਤੇ ਇਹ ਆਮ ਕੌਡੀਨਰੀ ਫੈਮਲੀਆ ਚੋਂ ਆਏ ਹੋਏ ਸੀ ਇਹਨਾਂ ਨੇ ਸgarh ਕੀਤਾ ਦੀ ਗਰੀਬ ਗਰੀਬਾਂ ਤੇ ਗਰੀਬੀ ਵੀ ਦੇਖੀ ਤੀ ਗਰੀਬੀ ਦੇ ਹਾਲਾਤ ਵੀ ਦੇਖੀ ਜੀ ਉਹਦੇ ਕਰਕੇ ਇਹ ਗਰੀਬਾਂ ਦਾ ਖਿਆਲ ਰੱਖਦੇ ਸੀ ਮੁੱਖ ਮੰਤਰੀ ਜੀ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਜੀ ਤੁਹਾਨੂੰ ਸਾਰਾ ਕਮਾਂਡ ਉਹਦੀ ਹੁੰਦੀ ਹੈ ਪਿਛਲੇ 10 15 ਸਾਲਾਂ ਤੋਂ ਜਿੰਨਾ ਨੁਕਸਾਨ ਐ ਸ਼ਡੂਲ ਕਾਸਟਾ ਔਰ ਬੈਕਵਾਰਡ ਕਲਾਸ ਦਾ ਜੀ ਜੀ ਔਰ ਮੈਂ ਬੇਜਮੀਨੇ ਜੱਟ ਜਿਹੜੇ ਸਾਰੇ ਜੱਟ ਪਰ ਆਏ ਆ ਜਿਨ੍ਹਾਂ ਕੋ ਜ਼ਮੀਨ ਨਹੀਂ ਹੈ ਉਹਦਾ ਦਲਸਾ ਲੋ ਵੀ ਉਹਨਾਂ ਦੀ ਹਾਲਤ ਮਾੜੀ ਆ ਜੀ ਪਿੰਡਾਂ ਦੇ ਪਿੰਡਾਂ ਦੇ ਵਿੱਚ ਖਤਰੀ ਲਾ ਲੋ ਬ੍ਰਾਹਮਣ ਲੈ ਲੋ ਜੀ ਜੀ ਨਾਈ ਚ ਹੋਰ ਥਿੰਬੇ ਇਹ ਲਾ ਲੋ ਜੀ ਇਹ ਅੱਜ ਵੀ ਇਸਾਂ ਦੀ ਹਾਲਤ ਜਿਹੜੀ ਐ ਪਿਛਲੇ 10-12 ਸਾਲ ਤੋਂ ਬਹੁਤ ਮਾੜੀ ਐ ਦਰਸਾਣੋਂ ਵੀ ਮਾੜੀ ਆ ਜੀ 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 ਔਰ ਵੈਰੀ ਤਾਲਨਾ ਕਿ ਜਿਲ੍ਹਾ ਤੋਂ ਕੋ ਪੰਜਾਬ 70-75 ਸਾਲ ਹੋ ਗਏ ਜੀ 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 ਕਦੇ ਵੀ ਲੋਕ ਰਾਜ ਆ ਲੋਕ ਰਾਜ ਦੇ ਵਿੱਚ ਹਰ ਬੰਦੇ ਨੂੰ ਉਹਦਾ ਉਹ ਜਿਹੜੇ ਵੀ ਕੋਈ ਅਹ ਹੈ ਕਿ ਇਹ ਉਹ ਨਾ ਨਾ ਮੰਨਦੀ ਕਿ ਮਿਲਦੀ ਚਲਦੀ ਆ 75 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਗਿਆਨੀ ਜੀ ਤਾਂ ਕੇਰਾ ਬਣਾਤੇ ਮੁੱਖ ਮੰਤਰੀ ਬੈਕਵਾਰਡੀ ਰਾਮਗੜੀਆ ਬਰਾਦਰੀ ਚੋਂ ਪਰ ਰਿਜੂਲ ਕਾਸਟ 75 ਸਾਲਾਂ ਚ ਤੱਕ ਨਹੀਂ ਬਣਾਇਆ ਹੀ ਨਹੀਂ ਜੀ ਜੀ ਔਰ ਮੈਂ ਤਾਂ ਕਿਸ ਤਰ੍ਹਾਂ ਪੰਜਾਬ ਦੇ ਲੋਕ ਮਹਿਸੂਸ ਕਰਦੇ ਨੇ ਜੀ ਜੀ ਕਿ ਸਾਡੇ ਨਾਲ ਧੋਖਾ ਹੁੰਦਾ ਸਾਡੇ ਨਾਲ ਧੋਖਾ ਹੁੰਦਾ ਸਾਡੇ ਜਿੱਤੜੀਆਂ ਪ੍ਰੋਬਲਮਾਂ ਨੇ ਜੀ 15 ਲੱਖ 15 ਲੱਖ ਸਟੂਡੈਂਟ ਜੀ ਐਜੂਕੇਸ਼ਨ ਕੋ ਰਿਜੂਲ ਕਾਸਟ ਉਹਨਾਂ ਦਾ ਵਜੀਫਾ ਹੀ ਨਹੀਂ ਦੇ ਸਕੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਤੀ ਐਸਲਵਾ ਜੀ ਜੀ ਬਰਬਾਦ ਹੋ ਗਈ ਜੀ ਜੀ ਦੋਨੋਂ ਸਾਹਿਬ ਦੁੱਲੂ ਸਾਹਿਬ ਆਪਣੇ ਕੋ ਟਾਈਮ ਜ਼ਿਆਦਾ ਨਹੀਂ ਰਿਹਾ ਮੇਰੇ ਦੋ ਕੁਐਸਚਨ ਇੱਕ ਤਾਂ ਸਦਾ ਦਰਸ਼ਨ ਸਿੰਘ ਨੇ ਕਿਹਾ ਕਿ ਜੀ ਲੀਡਰ ਸਾਰੇ ਕਰੋੜਪਤੀ ਬਣਦੇ ਆ ਤੁਹਾਡੇ ਤੇ ਵੀ ਕੋਈ ਅਲੀਗੇਸ਼ਨ ਲੱਗਾ ਹੋਊਗਾ ਕਿ ਕਰੋੜਪਤੀ ਬਣੇ ਤੁਸੀਂ ਉਹਦੀ ਐਕਸਪਲੇਨੇਸ਼ਨ ਦੇ ਦਿਓ ਤੇ ਇੱਕ ਮੇਰਾ ਕੁਐਸਚਨ ਤੁਹਾਡੇ ਦਾ ਫਾਈਨਲ ਇਹ ਆ ਕਿ ਮੰਨ ਲਓ ਮੰਨ ਲਓ ਤੁਸੀਂ ਸੀਐਮ ਬਣ ਜਾਂਦੇ ਹੋ 2022 ਦੇ ਵਿੱਚ ਮੰਨ ਲਓ ਕੀ ਤੁਸੀਂ ਐ ਸਿਚੁਏਸ਼ਨ 'ਚ ਹੋ ਕਿ ਪੰਜਾਬ ਗਵਰਨਮੈਂਟ ਕੋਲ ਇੰਨੇ ਬਜਟ ਹੈਗੇ ਕਿ ਜਿੰਨੇ ਪ੍ਰੋਮਿਸ ਕੀਤੇ ਗਏ ਫੋਨ ਦਾ এডਿਕੇਸ਼ਨ ਦਾ ਰੇਟ ਮਾਫੀ ਨੂੰ ਕੰਟਰੋਲ ਕਰਨ ਦਾ ਇੰਨੀਆਂ ਜਿਹੜੀਆਂ ਨੌਕਰੀਆਂ ਦੇਣ ਦਾ ਤੇ ਸਾਰੇ ਕਿਸਾਨਾਂ ਦਾ ਕਰਜ਼ਾ ਛੋਟੇ ਜ਼ਿਮੀਂਦਾਰਾਂ ਦਾ ਕਰਜ਼ਾ ਛੋਟੇ ਦੁਕਾਨਦਾਰਾਂ ਦਾ ਕਰਜ਼ਾ ਮਾਫ ਕਰਨ ਕੀ ਤੁਸੀਂ ਇਹ ਸਭ ਕੁਝ ਕਰ ਸਕੋਗੇ ਪਵਾਲ ਇਹ ਮੌਕਾ ਦਿੱਖੋ ਜੀ ਇੱਕ ਪਾਸੇ ਅਸੀਂ ਤਾਂ ਮਾਨਸ ਕੀ ਯਾਦ ਸਾਹਿਬ ਹੈਗੀ ਪਛਾਣ ਉਹਦੀ ਗੱਲ ਕਰਦਿਆਂ ਜੀ ਫਿਰ ਪਿਆ ਕਿਸੇ ਇੱਕ 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 ਕਮਿਊਨਿਟੀ ਦਾ ਇਹ ਆਰਥਰਾਇਟ ਹੈ ਤੇ ਉਹ ਨਹੀਂ ਮੁੱਖ ਮੰਤਰੀ ਬਣਨਾ ਜੀ ਜੀ ਆਰਥਰਾਇਟਾ ਕਿਸੇ ਦਾ ਬਿਲਕੁਲ ਮੈਂ ਤਾਂ ਹੀ ਕਹਾ ਵੀ ਮੈਂ ਤੁਸੀ ਮੰਨਦੇ ਤੁਸੀਂ ਗੱਲ ਕਰਨਾ ਜੀ ਜੀ ਇਸ ਸਪੁਰਖ ਦੇ ਵਿੱਚ ਡਾਕਟਰ ਰਮੇਸ਼ ਕੜੂ ਵੀ ਕੰਪੀਟੇਟਿਵ ਸਮਝਿਆ ਗਿਆ ਸੀ ਜੀ ਡਾਕਟਰ ਰਮੇਸ਼ ਕੜੂ ਜੀ ਨੇ ਸਮਝਾ ਲਿਖਿਆ ਜੀ ਜੀ ਉਹਦੀ ਵੀ مخالਫਤ ਹੋਂਦੀ ਰਹੀ ਆ ਉਹਦੀਆਂ ਵੀ ਲੱਤਾਂ ਖਿੱਚੀਆਂ ਗਈਆਂ ਜੀ ਉਹਨੂੰ ਵੀ ਉਹਨੂੰ ਵੀ ਤਾਂਗੋ ਕੇ ਲੈ ਮਿਨਿਸਟਰੀ ਤੋਂ ਅਸਤੀਫਾ ਦੇਣਾ ਪਿਆ ਜੀ ਜੀ ਹਿੰਦੁਸਤਾਨ ਚ ਬਾਬੂ ਜਗਜੀਤ ਰਾਮ ਜੀ ਜੀ ਦੂਲੂ ਸਾਹਿਬ ਬਹੁਤ ਕੰਪੀਟੈਂਟ ਮੈਂ ਤੁਹਾਡੀ ਗੱਲ ਤੁਹਾਡੀ ਗੱਲ ਸਮਝੀ ਗੁਰੂ ਲੋਕਾਂ ਨੇ ਗੁਰਨਾਨ ਸਿੰਘ ਸਾਹਿਬ ਨੂੰ ਛੱਡਿਆ ਪ੍ਰਾਈਮ ਮਿਨਿਸਟਰ ਦਾ ਲਾਲਾ ਲਾ ਕੇ ਉਹਦੇ ਨਾਲ ਧੋਖਾ ਕੀਤਾ ਜੀ ਭਰਾਰ ਬੂਟਾ ਸਿੰਘ ਵੀ ਰਹੇ ਨੇ ਬੜੇ ਬੜੇ ਪਦਾਂ ਤੇ ਰਹੇ ਸੀ ਜੇਸੀ ਗੱਲ ਨਹੀਂ ਹੈ ਮੈਂ ਜਿਹੜੀ ਗੱਲ ਕਰਦਾ ਕਦੀ ਉਹ ਨਹੀਂ 1974 ਸਾਲਾਂ ਚ ਪੰਜਾਬ ਦੇ ਵਿੱਚ ਜਿਹੜੀ ਬਹੁਤ ਬਿੰਤੀ ਆਬਾਦੀ ਆ ਜੀ ਉਹਨਾਂ ਦੇ ਲੋਕਾਂ ਨੂੰ ਕਿਉਂ ਨਹੀਂ ਚਾਂਸ ਮਿਲਣਾ ਇਹਨਾਂ ਦਾ ਭਲਾ ਸਦੇ ਹੋਊਗਾ ਜਿੱਥੇ ਤੱਕ ਮੇਰੇ ਤੇ ਸਵਾਲ ਕੀਤਾ ਜੀ ਜੀ ਕਰੋੜ ਇਹਦਾ ਦਾ ਔਰ ਮੈਂ ਹਮੇਸ਼ਾ ਕਹਿੰਦਾ ਮੈਂ ਓਪਨ ਕਹਿੰਦਾ ਅਸੀਂ ਕੋਈ ਫੱਗੀ ਥੋੜੀ ਜਿਹੜਾ ਮਾਫੀਆ ਨਹੀਂ ਹੈ ਮੈਨਰਾ ਸ਼ਰਾਬ ਵੇਚੀ ਜਾਂ ਨਾਰਕਤਾ ਵਿੱਚ ਹੈ ਨਾ ਅਸੀਂ ਹੋਰ ਅਸੀਂ ਮਿਹਨਤੀ ਹੈ ਸਾਡੇ ਬਜ਼ੁਰਗਾਂ ਨੇ ਖੇਤੀ ਕਰਦੇ ਤੇ ਜੀ ਸਾਡੇ ਬਜ਼ੁਰਗਾਂ ਚੋਂ ਮੇਰੇ ਐਮਐਲਏ ਬਣ ਤੋਂ ਪਹਿਲਾਂ ਉਹਨਾਂ ਕੋ 42 ਏਕੜ ਖੇਤੀ ਮੇਰੇ ਬਾਪੂ ਕੋ ਜੀ 42 ਏਕੜ ਜੀ ਜੀ ਜਿਹੜੀ ਆਮ ਸਧਾਰਨ ਬੰਦੇ ਕੋਲ ਨਹੀਂ ਹੁੰਦੀ ਜੀ 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 ਮੈਂ ਇਹ ਤੇ ਰੱਬ ਕੋਈ ਵੀ ਬੰਦਾ ਮੇਰੇ ਨਾਲ ਅੱਜ ਕੱਲ ਦੇ ਲੀਡਰ ਆ ਜਿਹੜੇ ਮਿਨਿਸਟਰੀਆਂ 'ਚ ਬੈਠੇ ਨੇ ਜੀ ਜੀ ਇਹ ਧਨਵਰਸ਼ਾ ਇਹਨਾਂ ਤੋਂ ਕਿੱਥੇ ਹੁੰਦੀ ਆ ਜੀ ਧਨ ਇਹਨਾਂ ਕਿੱਥੋਂ ਆ ਗਿਆ ਇਹ ਬੜੇ ਬੜੇ ਮਹਿਲ ਕਿੱਥੋਂ ਬਣਦੇ ਨੇ ਜੀ 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 ਇਸ ਲਈ ਮੈਂ ਚੈਲੰਜ ਕਰਦਾ ਕੋਈ ਵੀ ਬੰਦਾ ਮੇਰੇ ਨਾਲ ਆ ਕੇ ਕੰਪੀਟੀਟ ਆ ਜਵੇ ਜੀ ਜੀ ਗੈਸ ਮੇਰੇ ਨਾਲ ਗੱਲਬਾਤ ਕਰ ਲਵੇ ਇਸ ਇਸ਼ੂ ਦੇ ਉੱਤੇ ਮੈਂ ਮਾਫੀਆ ਦੇ ਖਿਲਾਫ ਹਾਂ ਜੀ ਆਗਰ ਦੇ ਵਿੱਚ ਜਿਹੜਾ ਮਾਫੀਆ ਘਸਿਆ ਹੋਇਆ ਹੈ ਜਿਹੜਾ ਅੱਜ ਵੀ ਅਕਾਲੀ ਯਾਰ ਅਕਾਲੀ ਰਾਤ ਸੀ 마फिया ਰਾਤ ਸੀ ਲੋਕਾਂ ਨੇ ਬਾਦਲਿਆ ਉਹ ਮਾਫੀਆ ਹੁਣ ਕੰਮ ਕਰਦਾ ਫਿਰ ਉਹਨਾਂ ਦੇ ਖਿਲਾਫ ਮੈਂ ਬੋਲਦਾ ਜੀ ਇਹ ਬੋਲਣਾ ਇਹ ਠੀਕ ਹੈ ਅਸੀਂ ਗੁਰੂਆਂ ਨੇ ਪੰਜ ਪਿਆਰੇ ਸਾਡੇ ਸੀ ਜੀ ਭਲੜ ਸਾਹਿਬ ਜੀ ਜੀ ਉਹ ਪੰਜ ਪਿਆਰੇ ਕੌਣ ਤੇ ਅਡਲ ਸਟੇਟਸ ਚੋਇਸ ਜੀ ਗਰੀਬਾਂ ਦੇ ਇਮਤਿਹਾਨ ਨਹੀਂ ਲਈਦੇ ਇਮਤਿਹਾਨ ਤਾਂ ਗਰੀਬਾਂ ਨੇ ਕਰਕੇ ਦਿਖਾਇਆ ਜੀ ਬਾਬਾ ਦੀਪ ਸਿੰਘ ਗੌਰ ਸਿੰਘ ਜੀ ਉਹ ਵੀ ਕਿ ਸਿਰ ਨੂੰ ਕਾਸਤੀ ਜੀ 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 ਬਾਬਾ ਸਾਧਨ ਸਿੰਘ ਕੌਣ ਸੀ ਜੀ ਨੂੰ ਗੁਰੂ ਘਰ ਆ ਸਕਲਗੀ ਦੇ ਕੇ ਗਲੇ ਗਏ ਜੀ ਗੋਵਿੰਦ ਸਿੰਘ ਨੇ ਕਲਗੀ ਦਿੱਤੀ ਰਾਈਟ ਬਾਬਾ ਜੀ ਵਰਸੇ ਕੌਣ ਸੀ ਜੀ ਇੱਥੇ ਹੋਰ ਫਰਨੇ ਖਾ ਵੀ ਧੀ ਹਾਂਜੀ ਗੁਰੂ ਪੇਗ ਬਾਹਰ ਦਾ ਸੀਸ ਨਾਲ ਲੈ ਕੇ ਆਏ ਜੀ 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 ਇੱਕ ਭਜਵੀ ਸਿੱਖ ਲੈ ਕੇ ਆਇਆ ਜੀ ਕਹਾਂ ਗੋਵਰ ਕਰਵਾਨੀਆਂ ਦੇ ਰਹੀਂ ਸਕੇ ਆਲੇ ਬੰਦੇ ਨੇ ਕਰਵਾਨੀਆਂ ਦਿੱਤੀਆਂ ਰਾਜਪਾਲ ਨਾਲ ਵੀ ਇਹਨਾਂ ਨੂੰ ਆਉਂਦਾ ਕਿ ਮੈਂ ਆ ਪਰ ਮੌਕਾ ਨਹੀਂ ਦਿੱਤਾ ਜਾਂਦਾ ਮੌਕਾ ਅਸੀਂ ਤਾਂ ਹੀ ਤੁਹਾਨੂੰ ਕੁਐਸਚਨ ਕੀਤਾ ਜੇ ਰੱਬ ਕਰੇ ਤੁਸੀਂ ਸੀਐਮ ਬਣੋ ਜਾਂ ਤੁਹਾਡਾ ਕੋਈ ਸਾਥੀ ਸੀਐਮ ਬਣੇ ਤੁਸੀਂ ਉਹ ਸਿਚੁਏਸ਼ਨ 'ਚ ਆਉਂਗੇ ਕਿ ਪੰਜਾਬ ਦੇ ਜਿਹੜੇ ਪ੍ਰੋਮਿਸ ਕੀਤੇ ਗਏ ਆ ਜਾਂ ਪੰਜਾਬ ਮੁੜ ਕੇ ਲਈ ਜੇ ਤਰੱਕੀ ਦੀਆਂ ਤੇ ਜਾਵੇ ਤੁਸੀਂ ਕਰਿਓ ਜਰੂਰ ਜੇ ਤੁਹਾਨੂੰ ਮੌਕਾ ਮਿਲੇ ਇਲੈਕਸ਼ਨ ਤੋਂ ਪਹਿਲਾਂ ਆਪਾਂ ਇੱਕ ਦੋ ਇੰਟਰਵਿਊ ਹੋਰ ਕਰਾਂਗੇ ਦੂਲੋ ਸਾਹਿਬ ਤੁਹਾਡੀਆਂ ਹੋਰ ਜੋ ਭਾਵਨਾਵਾਂ ਮੈਨੂੰ ਕੋ ਕੁਐਸਚਨ ਬਹੁਤ ਸੀ ਜਿਹੜਾ ਬੀਜੇਪੀ ਦਾ ਨਵਾਂ ਪੈਂਤੜਾ ਆਇਆ ਹੈ ਕਿ ਅੱਧੇ ਕੇ ਨੇਤਾ ਹੁਣ ਕਿਸਾਨਾਂ ਦੇ ਹੱਕ 'ਚ ਬੋਲਣ ਲੱਗੇ ਐ ਹੋ ਸਕਦਾ ਹੋ ਆਨੈਸਟ ਹੋਣ ਆਪਾਂ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਦੇ ਪਰ ਕੀ ਹੋ ਸਕਦਾ ਕਿ ਇਹ ਕੋਈ ਲੰਬੀ ਅਪਲਾਨਿੰਗ ਤਾਂ ਨਹੀਂ ਚੱਲ ਰਹੀ ਕਿ ਕੋਲੇ ਆ ਕੇ ਕੋਈ ਸਮਝੌਤਾ ਕਰ ਲੈਣ ਤੋਂ ਨਾ ਬੰਦਿਆਂ ਨੂੰ ਅੱਗੇ ਕਰ ਲੈਣ ਇਹ ਮੇਰੇ ਕੋ ਕੁਐਸਚਨ ਸੀਗੇ ਪਰ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ ਦੁੱਲੋ ਸਾਹਿਬ ਤੁਸੀਂ ਫੇਰ ਟਾਈਮ ਕੱਢਿਓ ਮੈਂ ਤੁਹਾਨੂੰ ਫੇਰ ਕਾਲ ਕਰੂੰਗਾ ਆਪਾਂ ਫੇਰ ਕਿਸ ਦਿਨ ਪੂਰਾ ਸੈਸ਼ਨ ਇਸ ਚੀਜ਼ ਤੇ ਲਾਵਾਂਗੇ ਅੱਜ ਤੁਸੀਂ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਦੁਲੱਬ ਸਾਹਿਬ ਤੁਸੀਂ ਤੇ ਤੁਹਾਡਾ ਪਰਿਵਾਰ ਚੰਨ ਕਲਾਚ ਰਵੇ ਜੀ ਧੰਨਵਾਦ ਸਾਹਿਬ ਤੁਹਾਡਾ ਵੀ ਧੰਨਵਾਦੀ ਹੈ ਮੈਂ ਸਰੋਤਿਆਂ ਦਾ ਵੀ ਹੈ ਕਿਸੇ ਨੂੰ ਮੇਰੀ ਗੱਲ ਸੇ ਕੋਈ ਉਹਨਾਂ ਨੂੰ ਕੋਈ ਐਸੀ ਗਲਤਫਹਿਮੀ ਹੋਵੇ ਔਰ ਚੰਗੀ ਨਾ ਲੱਗੀ ਹੋਵੇ ਮੈਂ ਉਹ ਤੋਂ ਉਸ ਗੱਲ ਦੀ ਵੀ ਉਹਨਾਂ ਤੋਂ ਮਾਫੀ ਮੰਗਦਾ ਨਹੀਂ ਨਹੀਂ ਇਦਾਂ ਦੀ ਗੱਲ ਨਹੀਂ ਮੇਰੇ ਆਪਣੇ ਵਿਚਾਰ ਹੈ ਜੀ ਜੀ ਆਪਣੇ ਵਿਚਾਰ ਹੈ ਔਰ ਹਮੇਸ਼ਾ ਸਚਾਈ ਦੇ ਨਾਲ ਖੜੇ ਹੈ ਲੜਦੇ ਹੈ ਅਸੀਂ ਆਪਣੀ ਪੋਲਿਟਿਕ ਚਾਕੇ ਜਾਇਦਾਦਦਾਰ ਨਹੀਂ ਬਣਾਈਆਂ ਜਾਇਦਾਦਾਂ ਵੇਚੀਆਂ ਨਹੀਂ ਜੀ ਜੀ ਅੱਜ ਕੱਲ੍ਹ ਐਸਾ ਕਹਨ ਹੈ ਕੋਪਰ ਕਮਿਸ਼ਨ ਮੜ ਜੂਵੇ ਪੰਜਾਬ ਤੇ ਜੀ 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 ਉਪਰ ਕਮਿਸ਼ਨ ਬਣੇ ਇਹ ਆਇ ਅਫਸਰਾਂ ਦੀ ਆ ਔਰ ਪਾਲਟੀਆਂ ਦੀ ਆ ਜੀ ਇਹ ਜਿਹੜੀਆਂ ਇਹਨਾਂ ਦੀ ਜਾਇਜ਼ਤਾਂ ਜਾਇਜ਼ਤਾਂ ਦੀ ਪਰਤਾਣ ਕਰੇ ਪਰ ਕਰੂ ਕੌਣ ਆਪੇ ਚ ਦਾ ਰਲੇ ਹੁੰਦੇ ਨੇ ਜੀ 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 ਕੋਈ ਕਦੇ ਆਪਣਾ ਕੋਈ ਕਿਸੇ ਪਾਰਟੀ ਦੀ ਜਾ ਬਣਦੇ ਨੇ ਕਦੇ ਕਿਸੇ ਪਾਰਟੀ ਮੈਂ ਉਪਰ ਹੈ ਇਹ ਕਮਿਸ਼ਨ ਬਣੇ ਤਾਂ ਕਿ ਔਰ ਲੋਕ ਵੀ ਇਹਨਾਂ ਨੂੰ ਲੋਗ ਵੀ ਬਿਕੜਨਾ ਜਿਹੜਾ ਬੋਲ ਰਿਹਾ ਉਹ ਬਿਕੜਦਾ ਜੀ ਜੀ ਸਾਬ ਅੱਜ ਆਪਣ ਨੂੰ ਵਕਤ ਨਹੀਂ ਇਜਾਜ਼ਤ ਦੇ ਰਿਹਾ ਆਪਾਂ ਫਿਰ ਕਿਸ ਦਿਨ ਸੈਸ਼ਨ ਲਾਵਾਂਗੇ ਤੁਹਾਡਾ ਪੂਰਾ ਪ੍ਰੋਮਿਸ ਰਿਹਾ ਅੱਜ ਤੁਸੀਂ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਬਹੁਤ ਬਹੁਤ ਧੰਨਵਾਦ ਦੋਵਾਂ ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਤੁਸੀਂ ਮੌਕਾ ਦਿੱਤਾ ਬਹੁਤ ਸਾਨ ਵਾਸੋਦਾ ਧੰਨਵਾਦ ਦਸ਼ਕੋ ਸ਼ਸ਼ੀਕਾਲ ਜੀ ਦਸ਼ਕੋ ਐਸਨ ਸ਼ਮਸ਼ੇਰ ਸਿੰਘ ਦੁੱਲੂ ਰਾਸ ਸਭਾ ਮੈਂਬਰ ਬਹੁਤ ਸੋਹਣਾ ਲਾਬਰੇਟ ਕੀਤਾ ਉਹਨਾਂ ਨੇ ਆਪਦੇ ਆਪ ਨੂੰ ਤੇ ਬਹੁਤ ਮੁੱਦੇ ਵੀ ਉਹਨਾਂ ਨੇ ਬੜੀਆ ਕਲੀਅਰ ਕੀਤੇ ਕਿ ਕਿਸ ਦਿਨ ਫਿਰ ਇਹਨਾਂ ਨੂੰ ਇਸੇ ਮੰਚ ਤੋਂ ਫੇਰ ਆਪਾਂ ਲਿਆਵਾਂਗੇ ਤੇ ਨਾਲ ਉਹ ਕੁਐਸਚਨ ਪੁੱਛਾਂਗੇ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ ਇੱਥੋਂ ਤੱਕ ਕਿ ਆਪਣਾ ਸਾਥੀ ਅਗਲੇ ਹਫਤੇ ਫਿਰ ਨਵੇਂ ਮਹਿਮਾਨਾਂ ਨਾਲ ਫਿਰ ਮਿਲਦੇ ਆ ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਨਮਸਕਾਰ ਅਦਾਬ ਤੇ ਸ਼ਬਾਖੀਰ